ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ। ਬੁੱਕ ਟਿਊਬ ਬਾਏ ਪੈਰੀ ਚੈਨਲ 'ਤੇ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਹਰਜੀਤ ਅਟਵਾਲ ਜੀ ਵੱਲੋਂ ਲਿਖਿਆ ਨਾਵਲ ਅਕਾਲ ਸਹਾਇ ਦਾ ਅੱਜ ਜੋ ਚੈਪਟਰ ਆਡੀਓ ਦੇ ਰੂਪ ਵਿੱਚ ਪੇਸ਼ ਕਰ ਰਹੇ ਹਾਂ, ਉਸ ਦਾ ਨੰਬਰ ਹੈ 21 ਅਤੇ ਸਿਰਲੇਖ ਹੈ ਸਤਲੁਜੋਂ ਪਾਰ। ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਕਰਦੇ ਹਾਂ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ, ਬੈੱਲ ਆਈਕਨ ਨੂੰ ਔਨ ਕਰ ਲਵੋ ਤਾਂ ਕਿ ਤੁਹਾਨੂੰ ਹਰ ਰੋਜ਼ ਦੀ ਵੀਡੀਓ ਨੋਟੀਫਿਕੇਸ਼ਨ ਦੇ ਰੂਪ ਵਿੱਚ ਮਿਲ ਸਕੇ ਅਤੇ ਆਪਣੇ ਕੀਮਤੀ ਵਿਚਾਰ ਜਾਂ ਸੁਝਾਅ ਵੀਡੀਓ ਦੇ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਅਤੇ ਹਰ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਜ਼ਰੂਰ ਸ਼ੇਅਰ ਕਰੋ। ਸ਼ੁਰੂ ਕਰਦੇ ਹਾਂ ਚੈਪਟਰ ਨੰਬਰ 21 ਸਿਰਲੇਖ ਸਤਲੁਜੋਂ ਪਾਰ। 11 ਦਸੰਬਰ ਨੂੰ ਖਾਲਸਾ ਫੌਜ ਨੇ ਸਤਲੁਜ ਦਰਿਆ ਪਾਰ ਕਰ ਲਿਆ। ਉਹ ਦਰਿਆ ਜਿਸ ਨੂੰ ਪਾਰ ਕਰਨ ਦੀ ਹਿੰਮਤ ਕਦੇ ਸਰਦਾਰ ਰਣਜੀਤ ਸਿੰਘ ਦੀ ਵੀ ਨਹੀਂ ਸੀ ਹੋਈ। ਲਾਰਡ ਹਾਰਡਿੰਗ ਨੂੰ ਪਤਾ ਚੱਲਿਆ ਤਾਂ ਉਹ ਹੈਰਾਨ ਰਹਿ ਗਿਆ। ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਖਾਲਸਾ ਫੌਜ ਕਦੇ ਦਰਿਆ ਟੱਪ ਸਕਦੀ ਹੈ। ਉਸਨੇ ਆਪਣੇ ਮਿੱਤਰ ਜੌਹਨ ਲੈਵੇ ਨੂੰ ਕਿਹਾ, ਜੌਹਨ ਇਹ ਕਿਵੇਂ ਮੁਮਕਿਨ ਹੋ ਸਕਦਾ ਹੈ? ਹਮਲਾ ਸਾਡੇ ਵੱਲੋਂ ਹੋਣਾ ਚਾਹੀਦਾ ਸੀ। ਅਸੀਂ ਹੀ ਹਮਲਾ ਕਰਨ ਵਾਲੇ ਹਾਲਾਤ ਪੈਦਾ ਕਰਦੇ ਸਾਂ ਫਿਰ ਕਿਤੇ ਜਾ ਕੇ। ਪਰ ਇਹ ਕੀ ਹੋ ਗਿਆ ਸਰ? ਸ਼ਾਇਦ ਸਿੱਖ ਅੰਦਰੂਨੀ ਫੁੱਟ ਕਾਰਨ ਬੌਖਲਾ ਗਏ ਨੇ, ਨਹੀਂ ਤਾਂ ਸਾਡੇ 'ਤੇ ਹਮਲਾ ਕਰਨ ਦੀ ਉਹਨਾਂ ਦੀ ਹਿੰਮਤ ਕਦੇ ਵੀ ਨਹੀਂ ਹੋ ਸਕਦੀ, ਜੌਹਨ ਲੈਵੇ ਨੇ ਕਿਹਾ। ਅਸਲ ਵਿੱਚ ਉਹ ਖਾਲਸਾ ਫੌਜ ਦੇ ਹੌਸਲਿਆਂ ਤੋਂ ਨਾ ਵਾਕਫ ਸੀ। ਜਦੋਂ ਪੰਜਾਬ ਬਚਾਓ ਦਾ ਨਾਰਾ ਲੱਗਦਾ ਸੀ ਤਾਂ ਸਿੱਖ ਜਾਨਾਂ ਦੇਣ ਲਈ ਤਿਆਰ ਹੋ ਜਾਂਦੇ ਸਨ। ਇਹੋ ਦਾ ਮੌਕੇ ਦੇ ਖਿਡਾਰੀਆਂ ਨੇ ਵਰਤ ਲਿਆ। ਇਹ ਸਭ ਕੁਝ ਇੰਨਾ ਕਾਹਲੀ ਵਿੱਚ ਹੋ ਗਿਆ ਸੀ ਕਿ ਅੰਗਰੇਜ਼ਾਂ ਦੇ ਸੂਹੇ ਸਾਰੀ ਖ਼ਬਰ ਅੱਗੇ ਤੱਕ ਪਹੁੰਚਾ ਹੀ ਨਾ ਸਕੇ। ਖਾਲਸਾ ਫੌਜ ਭਾਵੇਂ ਅਨੁਸ਼ਾਸਨ ਵਿੱਚ ਨਹੀਂ ਸੀ ਰਹੀ, ਪਿਛਲੇ 5 ਸਾਲ ਤੋਂ ਕੋਈ ਖਾਸ ਪਰੇਡ ਵੀ ਨਹੀਂ ਸੀ ਹੋਈ, ਪਰ ਇਸ ਦਾ ਮਤਲਬ ਇਹ ਵੀ ਨਹੀਂ ਸੀ ਕਿ ਉਹਨਾਂ ਵਿੱਚ ਲੜਨ ਦਾ ਜਜ਼ਬਾ ਘਟ ਗਿਆ ਸੀ। ਇੱਕ ਸਮਾਂ ਇਹ ਵੀ ਰਿਹਾ ਸੀ ਕਿ ਫੌਜ ਵਿੱਚ ਪਰੇਡ ਕਰਨੀ ਫਜ਼ੂਲ ਸਮਝੀ ਜਾਣ ਲੱਗੀ ਸੀ ਤੇ ਗਰਾਊਂਡਾਂ ਵਾਹ ਕੇ ਫਸਲਾਂ ਬੀਜ ਦਿੱਤੀਆਂ ਗਈਆਂ ਸਨ, ਪਰ ਹੁਣ ਫੌਜ ਪੂਰੀ ਤਰ੍ਹਾਂ ਤਿਆਰ ਸੀ। ਸਗੋਂ ਖਾਲਸਾ ਫੌਜ ਤਾਂ ਇਸ ਲੜਾਈ ਲਈ ਬਹੁਤ ਹੀ ਉਤਸ਼ਾਹਿਤ ਸੀ ਤੇ ਕਾਹਲੀ ਵੀ ਸੀ। ਸੈਨਿਕ ਦਿੱਲੀ ਮਥੁਰਾ ਵਰਗੇ ਸ਼ਹਿਰਾਂ ਵਿੱਚ ਲੁੱਟ ਮਾਰ ਕਰਨ ਦੇ ਸੁਪਨੇ ਦੇਖਣ ਲੱਗ ਪਏ ਸਨ। ਫੌਜੀ ਤਾਂ ਇਸ ਬਾਰੇ ਇੰਨੇ ਉਤਸੁਕਤ ਸਨ ਕਿ ਉਹਨਾਂ ਨੇ ਲੁੱਟ ਦਾ ਮਾਲ ਸੰਭਾਲਣ ਲਈ ਆਪਣੇ ਰਿਸ਼ਤੇਦਾਰ ਇਕੱਠੇ ਕਰਨੇ ਵੀ ਸ਼ੁਰੂ ਕਰ ਦਿੱਤੇ। ਹਿੰਦੁਸਤਾਨ ਉੱਪਰ ਹਮਲੇ ਨੂੰ ਲੈ ਕੇ ਸਾਰਾ ਪੰਜਾਬ ਹੀ ਪੱਪਾ ਭਾਰ ਹੋਇਆ ਬੈਠਾ ਸੀ। ਜਿਸ ਦਿਨ ਫੌਜ ਨੇ ਦਰਿਆ ਪਾਰ ਕੀਤਾ, ਪੰਜਾਬ ਦੇ ਲੋਕਾਂ ਵਿੱਚ ਇੰਨਾ ਜੋਸ਼ ਸੀ ਕਿ ਸਰਹੱਦ ਉੱਪਰ 2 ਲੱਖ ਲੋਕ ਇਕੱਠੇ ਹੋ ਗਏ। ਕਈ ਤਾਂ ਲੁੱਟ ਦਾ ਮਾਲ ਲੈ ਜਾਣ ਲਈ ਹੀ ਗੱਡੇ ਜੋੜ ਲਿਆਏ ਸਨ। ਸਿਆਸੀ ਏਜੰਟ ਮੇਜਰ ਬ੍ਰੌਡਫੁੱਟ ਚਾਰੇ ਪਾਸੇ ਨਜ਼ਰ ਰੱਖ ਰਿਹਾ ਸੀ।
ਉਸ ਦੇ ਲੜਾਈ ਵਿੱਚ ਰੁੱਝਣ ਕਾਰਨ ਉਸ ਦਾ ਮਹਿਤਤ ਕੈਪਟਨ ਪੀਟਰ ਨਿਕਲਸਨ ਉਸ ਦੇ ਇਸ ਕੰਮ ਨੂੰ ਸੰਭਾਲ ਰਿਹਾ ਸੀ। ਤੇਜ ਸਿੰਘ ਲਾਹੌਰ ਤੋਂ ਤੁਰਨ ਵੇਲੇ ਹੀ ਨਿਕਲਸਨ ਨਾਲ ਰਾਬਤਾ ਰੱਖ ਰਿਹਾ ਸੀ। ਲਾਲ ਸਿੰਘ ਦਾ ਅੰਗਰੇਜ਼ਾਂ ਦੇ ਸਿਆਸੀ ਏਜੰਟਾਂ ਨਾਲ ਆਪਣੇ ਏਜੰਟਾਂ ਰਾਹੀਂ ਹੀ ਵਾਸਤਾ ਸੀ, ਪਰ ਤੇਜ ਸਿੰਘ ਦੇ ਉਹਨਾਂ ਨਾਲ ਨਿੱਜੀ ਸੰਬੰਧ ਵੀ ਸਨ। ਦੋਨਾਂ ਦੇ ਮਕਸਦਾਂ ਵਿੱਚ ਵੀ ਫਰਕ ਸੀ। ਲਾਲ ਸਿੰਘ ਜੋ ਕਰ ਰਿਹਾ ਸੀ ਉਹ ਰਾਣੀ ਜਿੰਦਾਂ ਲਈ ਕਰ ਰਿਹਾ ਸੀ, ਪਰ ਤੇਜ ਸਿੰਘ ਸਿੱਖ ਫੌਜ ਨਾਲ ਦੁਸ਼ਮਣੀ ਪਗਾਉਣ ਲਈ ਜਾਂ ਅੰਗਰੇਜ਼ਾਂ ਦੀ ਚਾਕਰੀ ਕਾਰਨ ਗਦਾਰੀ ਕਰ ਰਿਹਾ ਸੀ। ਤੇਜ ਸਿੰਘ ਨੂੰ ਅੰਗਰੇਜ਼ ਸਿੱਧੇ ਨਿਰਦੇਸ਼ ਵੀ ਦੇ ਰਹੇ ਸਨ। ਫਿਰੋਜ਼ਪੁਰ ਵਿੱਚ ਇਸ ਵੇਲੇ ਅੰਗਰੇਜ਼ਾਂ ਦੀ ਫੌਜ ਦੀ ਗਿਣਤੀ ਘੱਟ ਸੀ ਤੇ ਕੈਪਟਨ ਪੀਟਰ ਨਿਕਲਸਨ ਨੇ ਤੇਜ ਸਿੰਘ ਨੂੰ ਸੁਨੇਹਾ ਭੇਜ ਦਿੱਤਾ ਕਿ ਉਹ ਫਿਰੋਜ਼ਪੁਰ ਵੱਲ ਦਾ ਰੁੱਖ ਹਾਲੇ ਨਾ ਕਰਨ। ਕੁਝ ਦੇਰ ਰੁੱਕ ਜਾਣ ਤੇ ਫਿਰ ਗਵਰਨਰ ਜਨਰਲ ਜੋ ਦਿੱਲੀ ਤੋਂ ਆਪਣੀ ਫੌਜ ਲੈ ਕੇ ਆ ਰਿਹਾ ਸੀ ਉਸ ਉੱਪਰ ਹਮਲਾ ਕਰਨ। ਕਾਰਨ ਸੀ ਕਿ ਫਿਰੋਜ਼ਪੁਰ ਵਿੱਚ ਫੌਜ ਥੋੜ੍ਹੀ ਸੀ ਤੇ ਸਿੱਖਾਂ ਦਾ ਹੱਥ ਉੱਪਰ ਹੋ ਜਾਣਾ ਸੀ, ਜਿਸ ਦੇ ਮੁਕਾਬਲੇ ਗਵਰਨਰ ਜਨਰਲ ਕੋਲ ਫੌਜ ਵਾਹਵਾ ਸੀ ਤੇ ਉਸਨੇ ਸਿੱਖ ਫੌਜ ਦੇ ਦੰਦ ਖੱਟੇ ਕਰ ਦੇਣੇ ਸਨ। ਅੰਗਰੇਜ਼ ਫੌਜ ਦਾ ਕਮਾਂਡਰ ਇਨ ਚੀਫ ਹਿਊ ਗਫ ਮੇਰਠ ਤੋਂ ਆ ਰਿਹਾ ਸੀ ਤੇ ਗਵਰਨਰ ਜਨਰਲ ਲਾਰਡ ਹਾਰਡਿੰਗ ਦਿੱਲੀ ਤੋਂ। ਇਸ ਦੇ ਨਾਲ ਹੀ ਕਸੌਲੀ ਤੋਂ ਫੌਜ ਵੀ ਚੱਲ ਚੁੱਕੀ ਸੀ। ਪਹਿਲਾਂ ਤੈਅ ਪ੍ਰੋਗਰਾਮ ਅਨੁਸਾਰ ਇਹਨਾਂ ਸਭ ਨੇ 3 ਦਸੰਬਰ ਨੂੰ ਅੰਬਾਲੇ ਆ ਕੇ ਮਿਲਣਾ ਸੀ। ਸਾਰੀ ਸਥਿਤੀ ਨੂੰ ਸਮਝਦਿਆਂ 13 ਦਸੰਬਰ ਨੂੰ ਗਵਰਨਰ ਜਨਰਲ ਨੇ ਲਾਹੌਰ ਨਾਲ ਲੜਾਈ ਦਾ ਐਲਾਨ ਕਰ ਦਿੱਤਾ। ਫੌਜ ਦੇ ਚੱਲਣ ਦੀ ਰਫ਼ਤਾਰ ਕੁਝ ਘੱਟ ਸੀ ਕਿਉਂਕਿ ਇਸ ਦੇ ਨਾਲ ਨਾਲ ਉੱਪਰਲਾ ਅਮਲਾ ਫੈਲਾ ਬਹੁਤ ਸੀ। ਹਰ ਅਫਸਰ ਮਗਰ 20-25 ਕਰਮਚਾਰੀ ਹੁੰਦੇ ਸਨ, ਹਰ ਘੋੜੇ ਮਗਰ 2 ਜਵਾਨ, ਹਾਥੀ ਮਗਰ 2 ਹੋਰ, ਊਠ ਮਗਰ 3 ਜਵਾਨ। ਫਿਰ ਇੱਕ ਵਾਰ ਇੱਕ ਅਫਸਰ 40 ਤੋਂ 50 ਤੱਕ ਊਠ ਰੱਖਦਾ ਸੀ। ਹਰ ਰੈਜੀਮੈਂਟ ਨਾਲ ਤਕਰੀਬਨ 600 ਜਵਾਨ ਉੱਪਰਲੇ ਹੁੰਦੇ, ਜਿਨ੍ਹਾਂ ਵਿੱਚ ਕਹਾਰ, ਊਠਾਂ ਦੇ ਡਾਕਟਰ, ਝਿਉਰ, ਲੁਹਾਰ, ਮੋਚੀ, ਦਰਜੀ ਆਦਿ ਹੁੰਦੇ। ਇਹਨਾਂ ਤੋਂ ਬਿਨਾਂ ਗਵਾਲਣਾ ਤੇ ਨੱਚਣ ਵਾਲੀਆਂ ਔਰਤਾਂ ਵੀ ਹੁੰਦੀਆਂ। ਘੋੜਿਆਂ ਦੇ ਚਾਰੇ, ਬਾਰੂਦ ਤੇ ਹੋਰ ਰਾਸ਼ਨ ਲਈ ਬਲਦਾਂ ਵਾਲੇ ਗੱਡੇ ਵੀ ਹੁੰਦੇ। ਤੋਪਾਂ ਨੂੰ ਖਿੱਚਣ ਲਈ ਜਾਨਵਰਾਂ ਦਾ ਅਲੱਗ ਇੰਤਜ਼ਾਮ ਹੁੰਦਾ। ਹਿਊ ਗਫ ਨੂੰ ਜਦ ਸਿੱਖਾਂ ਦੇ ਦਰਿਆ ਸਤਲੁਜ ਤੇ ਪੁੱਜਣ ਦੀ ਖਬਰ ਮਿਲੀ ਤਾਂ ਉਸਨੇ ਆਪਣੀ ਚਾਲ ਤੇਜ਼ ਕਰ ਦਿੱਤੀ, ਜਿਸ ਕਾਰਨ ਰਾਸ਼ਨ ਤੇ ਹੋਰ ਸਮਾਨ ਪਿੱਛੇ ਰਹਿਣ ਲੱਗਿਆ। ਉਸਨੂੰ ਪਤਾ ਸੀ ਕਿ ਸਿੱਖ ਫੌਜ ਦੇ ਦਰਿਆ ਪਾਰ ਕਰਦੀ ਦੇ ਵੀ ਕਈ ਦਿਨ ਲੱਗ ਜਾਣਗੇ, ਪਰ ਉਹ ਕੋਈ ਮੌਕਾ ਨਹੀਂ ਸੀ ਗਵਾਉਣਾ ਚਾਹੁੰਦਾ। 17 ਦਸੰਬਰ ਨੂੰ ਬ੍ਰਿਗੇਡੀਅਰ ਵੀਲਰ ਵੀ ਆਪਣੀ ਫੌਜ ਲੈ ਕੇ ਝੜਿੱਕ ਪਿੰਡ ਕੋਲ ਹਿਊ ਗਫ ਨੂੰ ਆ ਮਿਲਿਆ। ਸਿੱਖ ਫੌਜ ਨੂੰ ਅੰਗਰੇਜ਼ਾਂ ਦੇ ਅੱਗੇ ਵਧਣ ਦਾ ਪਤਾ ਚੱਲਿਆ ਤਾਂ ਸਿੱਖ ਅਫਸਰਾਂ ਨੇ ਇਕੱਠੇ ਹੋ ਕੇ ਆਪਣੀ ਸਾਰੀ ਫੌਜ ਨੂੰ 2 ਹਿੱਸਿਆਂ ਵਿੱਚ ਵੰਡ ਲਿਆ। ਤੇਜ ਸਿੰਘ ਆਪਣੀ ਫੌਜ ਲੈ ਕੇ ਫਿਰੋਜ਼ਪੁਰ ਹੀ ਰਿਹਾ। ਫਿਰੋਜ਼ਪੁਰ ਵਿੱਚ ਅੰਗਰੇਜ਼ ਫੌਜ ਦੀ ਗਿਣਤੀ ਬਹੁਤ ਥੋੜ੍ਹੀ ਸੀ ਤੇ ਬਹੁਤ ਹੀ ਆਸਾਨੀ ਨਾਲ ਫਿਰੋਜ਼ਪੁਰ ਜਿੱਤਿਆ ਜਾ ਸਕਦਾ ਸੀ, ਪਰ ਤੇਜ ਸਿੰਘ ਨੂੰ ਮੇਜਰ ਨਿਕਲਸਨ ਦਾ ਹੁਕਮ ਸੀ ਕਿ ਫਿਰੋਜ਼ਪੁਰ ਉੱਪਰ ਹਮਲਾ ਨਹੀਂ ਕਰਨਾ। ਕੁਝ ਸਿੱਖ ਅਫਸਰਾਂ ਨੇ ਆ ਕੇ ਤੇਜ ਸਿੰਘ ਨੂੰ ਬੇਨਤੀ ਕੀਤੀ।
ਸਰਦਾਰ ਜੀ, ਇਸ ਵੇਲੇ ਫਿਰੋਜ਼ਪੁਰ ਵਿੱਚ ਸਿਰਫ 8,000 ਫੌਜ ਏ ਤੇ ਅਸੀਂ ਸਹਿਜੇ ਹੀ ਉਹਨਾਂ ਨੂੰ ਕਾਬੂ ਕਰ ਸਕਦੇ ਹਾਂ। ਸਾਨੂੰ ਹੁਕਮ ਦਿਓ ਤਾਂ ਜੋ ਅਸੀਂ ਬਾਕੀ ਫੌਜ ਦੇ ਪੁੱਜਣ ਤੋਂ ਪਹਿਲਾਂ ਪਹਿਲਾਂ ਫਿਰੋਜ਼ਪੁਰ ਤੇ ਕਬਜ਼ਾ ਕਰ ਲਈਏ। ਦੇਖੋ, ਮੈਨੂੰ ਪਤਾ ਏ ਕਿ ਮੈਂ ਕੀ ਕਰ ਰਿਹਾ ਹਾਂ। ਮੈਂ ਕਮਾਂਡਰ ਇਨ ਚੀਫ ਹਾਂ ਤੇ ਮੈਂ ਛੋਟੇ ਮੋਟੇ ਮੇਜਰ ਲਿਟਲਰ ਤੇ ਹਮਲਾ ਨਹੀਂ ਕਰਨਾ ਚਾਹੁੰਦਾ। ਗਵਰਨਰ ਜਨਰਲ ਜਾਂ ਕਮਾਂਡਰ ਇਨ ਚੀਫ ਗਫ ਨੂੰ ਆਉਣ ਦਿਓ, ਮੈਂ ਉਸ ਤੇ ਹਮਲਾ ਕਰਾਂਗਾ। ਸਿੱਖ ਅਫਸਰ ਹੈਰਾਨ ਸਨ ਕਿ ਉਹਨਾਂ ਦਾ ਕਮਾਂਡਰ ਕੀ ਕਹਿ ਰਿਹਾ ਸੀ, ਪਰ ਉਹ ਆਪਣੇ ਕਮਾਂਡਰ ਤੋਂ ਬਾਹਰ ਵੀ ਨਹੀਂ ਸਨ ਜਾ ਸਕਦੇ। ਉਹ ਖਿੱਚਦੇ ਹੋਏ ਚੁੱਪ ਕਰ ਗਏ, ਪਰ ਅੰਦਰੋਂ ਅੰਦਰ ਉਹ ਕੁਝ ਸ਼ੱਕ ਜ਼ਰੂਰ ਕਰ ਰਹੇ ਸਨ। ਫੌਜ ਦਾ ਦੂਜਾ ਹਿੱਸਾ ਲੈ ਕੇ ਲਾਲ ਸਿੰਘ ਫੇਰੂ ਸ਼ਹਿਰ ਪੁੱਜ ਗਿਆ, ਜੋ ਕਿ ਫਿਰੋਜ਼ਪੁਰ ਤੋਂ 14-15 ਕੋਹ ਅੱਗੇ ਸੀ ਤੇ ਉੱਥੇ ਮੋਰਚਾਬੰਦੀ ਸ਼ੁਰੂ ਕਰ ਦਿੱਤੀ। ਉਸੇ ਵੇਲੇ ਖ਼ਬਰ ਮਿਲੀ ਕਿ ਅੰਗਰੇਜ਼ਾਂ ਦੀ ਫੌਜ ਥੋੜ੍ਹੀ ਦੂਰ ਮੁਦਕੀ ਵਿਖੇ ਪੁੱਜ ਚੁੱਕੀ ਹੈ। ਦੋ ਸਿੱਖ ਜਰਨੈਲ ਲਾਲ ਸਿੰਘ ਕੋਲ ਆਏ ਤੇ ਕਹਿਣ ਲੱਗੇ, ਰਾਜਾ ਜੀ, ਕਿਉਂ ਨਾ ਆਪਾਂ ਮੁਦਕੀ ਪੁੱਜ ਕੇ ਇਹਨਾਂ ਉੱਪਰ ਹਮਲਾ ਕਰ ਦਈਏ। ਨਹੀਂ ਸਰਦਾਰ ਜੀ, ਆਪਾਂ ਮੁਦਕੀ ਨਾਲੋਂ ਇੱਥੇ ਬੈਠ ਕੇ ਉਹਨਾਂ ਨੂੰ ਉਡੀਕਦੇ ਹਾਂ। ਦੇਖੋ, ਇੱਥੇ ਆਪਣੀ ਵਧੀਆ ਮੋਰਚਾਬੰਦੀ ਹੋ ਸਕਦੀ ਏ। ਆਪਣੇ ਕੋਲ ਕੁਝ ਵਕਤ ਹੈ ਵੇ ਤੇ ਮੋਰਚਾਬੰਦੀ ਹੋਰ ਮਜ਼ਬੂਤ ਵੀ ਕਰ ਸਕਦੇ ਹਾਂ। ਰਾਜਾ ਜੀ, ਮੁਦਕੀ ਵਿੱਚ ਇਸ ਵੇਲੇ ਅੰਗਰੇਜ਼ਾਂ ਦੀ ਨਫ਼ਰੀ ਬਹੁਤ ਘੱਟ ਏ। ਹਾਲੇ ਪਿੱਛੋਂ ਹੋਰ ਸਹਾਇਤਾ ਨਹੀਂ ਪੁੱਜੀ। ਆਪਣੇ ਲਈ ਇਹ ਲੜਾਈ ਜਿੱਤਣੀ ਹੋਰ ਵੀ ਸੌਖੀ ਹੋ ਜਾਵੇਗੀ। ਨਹੀਂ ਸਰਦਾਰ ਜੀ, ਮੇਰੇ ਹਿਸਾਬ ਨਾਲ ਮੁਦਕੀ ਜਾ ਕੇ ਲੜਨਾ ਖਤਰੇ ਤੋਂ ਖਾਲੀ ਨਹੀਂ ਹੋਵੇਗਾ। ਲਾਲ ਸਿੰਘ ਨੇ ਜਵਾਬ ਦੇ ਦਿੱਤਾ, ਪਰ ਸਿੱਖ ਜਰਨੈਲ ਲਾਲ ਸਿੰਘ ਦੇ ਇਸ ਫੈਸਲੇ ਤੋਂ ਖੁਸ਼ ਨਹੀਂ ਸਨ। ਅਗਲੇ ਦਿਨ ਜਗੀਰਦਾਰੀ ਫੌਜ ਮੁਦਕੀ ਜਾਣ ਲਈ ਕਾਹਲੀ ਪੈਣ ਲੱਗੀ। ਜਗੀਰਦਾਰੀ ਫੌਜ ਵਿੱਚ ਜ਼ਿਆਦਾ ਸਿਪਾਹੀ ਘੱਟ ਉਮਰ ਦੇ ਹੀ ਸਨ, ਜੋ ਲੜਾਈ ਲਈ ਕਾਹਲੇ ਵਰ ਰਹੇ ਸਨ। ਲਾਲ ਸਿੰਘ ਸਮਝ ਰਿਹਾ ਸੀ ਕਿ ਇਹਨਾਂ ਕੋਲ ਸਿਰਫ ਜੋਸ਼ ਹੈ, ਤਜੁਰਬਾ ਨਹੀਂ। ਕੁਝ ਹੋਰ ਜਰਨੈਲ ਵੀ ਲਾਲ ਸਿੰਘ ਉੱਪਰ ਮੁਦਕੀ ਪੁੱਜ ਕੇ ਹਮਲਾ ਕਰਨ ਲਈ ਦਬਾਅ ਪਾਉਣ ਲੱਗੇ। ਲਾਲ ਸਿੰਘ ਤੇ ਸਿੱਖ ਜਰਨੈਲਾਂ ਦੇ ਆਪਸੀ ਸੰਬੰਧ ਪਹਿਲਾਂ ਤੋਂ ਹੀ ਬਹੁਤੇ ਵਧੀਆ ਨਹੀਂ ਸਨ ਰਹੇ। ਅਖੀਰ ਲਾਲ ਸਿੰਘ ਨੂੰ ਮੰਨਣਾ ਪਿਆ। ਉਸਨੇ ਤੇਜ ਸਿੰਘ ਨੂੰ ਮੁਦਕੀ ਜਾਣ ਦਾ ਆਪਣਾ ਇਰਾਦਾ ਦੱਸਦਿਆਂ ਉਸਨੂੰ ਸੁਨੇਹਾ ਭੇਜਿਆ ਕਿ ਮਦਦ ਲਈ ਹੋਰ ਫੌਜ ਤੇ ਤੋਪਾਂ ਭੇਜੇ, ਪਰ ਤੇਜ ਸਿੰਘ ਨੇ ਸਿਰਫ 1200 ਸਿਪਾਹੀ ਤੇ 16 ਤੋਪਾਂ ਭੇਜੀਆਂ, ਜੋ ਕਿ ਲੋੜ ਤੋਂ ਬਹੁਤ ਹੀ ਘੱਟ ਸਨ। ਲਾਲ ਸਿੰਘ ਮੁਦਕੀ ਲਈ ਜਾਣ ਤੋਂ ਪਹਿਲਾਂ ਆਪਣੀ ਅੱਧੀ ਫੌਜ ਫੇਰੂ ਸ਼ਹਿਰ ਹੀ ਮੋਰਚਾਬੰਦੀ ਮਜ਼ਬੂਤ ਕਰਨ ਲਈ ਛੱਡ ਗਿਆ। ਖਾਲਸਾ ਫੌਜ ਦੇ ਘੋੜ ਚੜੇ ਫੌਜੀਆਂ ਦੀ ਟ੍ਰੇਨਿੰਗ ਵੀ ਬਹੁਤ ਘੱਟ ਸੀ। ਸਮੁੱਚੇ ਤੌਰ ਤੇ ਪੰਜਾਬ ਦੀ ਫੌਜ ਦਾ ਪ੍ਰਬੰਧ ਬੁਰਾ ਨਹੀਂ ਸੀ, ਪਰ ਅੰਗਰੇਜ਼ਾਂ ਦੇ ਮੁਕਾਬਲੇ ਕਮਜ਼ੋਰ ਜ਼ਰੂਰ ਸੀ। ਅੰਗਰੇਜ਼ ਫੌਜ ਵਿੱਚ ਅਨੁਸ਼ਾਸਨ ਤੇ ਕਵਾਇਤ ਇਸ ਦਾ ਸਭ ਤੋਂ ਮਹੱਤਵਪੂਰਨ ਅੰਗ ਸੀ। ਅੰਗਰੇਜ਼ ਅਫਸਰ ਤਾਂ ਆਪਣਾ ਰੋਜ਼ਨਾ ਮਚਾ ਰੋਟੀ ਖਾਣ ਵਾਂਗ ਹੀ ਲਿਖਦੇ ਸਨ, ਜਦਕਿ ਖਾਲਸਾ ਫੌਜ ਵਿੱਚ ਅਜਿਹੀ ਕੋਈ ਰਵਾਇਤ ਨਹੀਂ ਸੀ। ਜਦ ਖਾਲਸਾ ਫੌਜ ਨੇ ਦਰਿਆ ਪਾਰ ਕੀਤਾ ਤਾਂ ਦੂਰ ਖੜ੍ਹੇ ਅੰਗਰੇਜ਼ ਅੰਦਾਜ਼ਾ ਲਗਾ ਰਹੇ ਸਨ ਕਿ ਇਹ ਕੁੱਲ ਫੌਜ 50,000 ਦੇ ਕਰੀਬ ਹੋਵੇਗੀ।
ਲਾਲ ਸਿੰਘ ਦੀ ਫੌਜ ਵਿੱਚ ਮੁਦਕੀ ਨੂੰ ਜਾਣ ਵਾਲਾ 10,000 ਘੋੜ ਸਵਾਰ ਫੌਜੀ ਸੀ। ਲਾਲ ਸਿੰਘ ਹਰ ਗੱਲ ਅਣਮੰਨੇ ਮਨ ਨਾਲ ਕਰ ਰਿਹਾ ਸੀ। ਉਹ ਫੌਜ ਦੀ ਅਗਵਾਈ ਕਰਦਾ ਮੁਦਕੀ ਤਾਂ ਪੁੱਜ ਗਿਆ, ਪਰ ਹਮਲਾ ਕਰਨ ਬਾਰੇ ਹਾਲੇ ਵੀ ਉਹ ਦੁਚਿੱਤੀ ਵਿੱਚ ਸੀ। ਇਹ ਦੁਚਿੱਤੀ ਫੌਜ ਦੇ ਅਫਸਰਾਂ ਤੇ ਕਮਾਂਡਰਾਂ ਵਿੱਚ ਰੋਹ ਦੀ ਲਹਿਰ ਜਿਹੀ ਪੈਦਾ ਕਰ ਰਹੀ ਸੀ। ਇਸ ਤੋਂ ਲਾਲ ਸਿੰਘ ਡਰ ਵੀ ਰਿਹਾ ਸੀ ਕਿ ਗੁੱਸੇ ਵਿੱਚ ਆਏ ਇਹ ਅਫਸਰ ਉਸ ਨੂੰ ਹੀ ਖਤਮ ਨਾ ਕਰ ਦੇਣ। ਮੁਦਕੀ ਵਿੱਚ ਅੰਗਰੇਜ਼ ਫੌਜ ਤੰਬੂ ਗੱਡੀ ਬੈਠੀ ਸੀ। ਅਸਲ ਵਿੱਚ ਅੰਗਰੇਜ਼ ਫੌਜ ਨੇ ਪਿਛਲੇ 24 ਪਹਿਰ ਤੋਂ ਕੁਝ ਵੀ ਨਹੀਂ ਸੀ ਖਾਧਾ। ਕਾਲੀ ਕਰਦਿਆਂ ਉਹਨਾਂ ਦੀ ਸਪਲਾਈ ਵਾਲੇ ਗੱਡੇ ਕਾਫੀ ਪਿੱਛੇ ਰਹਿ ਗਏ ਸਨ। ਫੌਜੀ ਪਿੰਡਾਂ ਵਿੱਚ ਦੀ ਤੁਰਦੇ ਖੂਹਾਂ ਟੋਬਿਆਂ ਦਾ ਪਾਣੀ ਪੀਂਦੇ ਆਏ ਸਨ। ਕਈ ਥਾਵਾਂ ਤੇ ਪਾਣੀ ਵੀ ਪੀਣ ਲਈ ਸਾਫ਼ ਨਹੀਂ ਸੀ ਮਿਲਿਆ। ਜਦ ਉਹਨਾਂ ਦੀ ਖਾਣੇ ਦੀ ਸਪਲਾਈ ਪੁੱਜੀ ਤਾਂ ਭੁੱਖੇ ਸਿਪਾਹੀ ਭੋਜਨ ਨੂੰ ਟੁੱਟ ਕੇ ਪੈ ਗਏ। ਹਾਲੇ ਖਾਣਾ ਕਿਸੇ ਨੇ ਪੂਰੀ ਤਰ੍ਹਾਂ ਖਾਧਾ ਵੀ ਨਹੀਂ ਹੋਏਗਾ ਕਿ ਦੂਰੋਂ ਅਸਮਾਨ ਵਿੱਚ ਧੂੜ ਉੱਡਦੀ ਦਿਖਾਈ ਦਿੱਤੀ। ਮੇਜਰ ਬ੍ਰੌਡਫੁੱਟ ਨੇ ਕਮਾਂਡਰ ਇਨ ਚੀਫ ਨੂੰ ਕਿਹਾ, ਕਮਾਂਡਰ ਉੱਧਰ ਦੇਖੋ ਮੇਜਰ, ਇਹ ਤਾਂ ਸਿੱਖ ਫੌਜ ਆ ਰਹੀ ਏ ਤੇ ਆ ਵੀ ਬਹੁਤ ਤੇਜ਼ ਰਹੀ ਏ, ਅਸੀਂ ਤਾਂ ਇਸ ਲਈ ਹਾਲੇ ਤਿਆਰ ਵੀ ਨਹੀਂ ਹਾਂ। ਹਿਊ ਗਫ ਹੈਰਾਨ ਹੋਇਆ ਬੋਲਿਆ। ਉਹ ਤਜਰਬੇਕਾਰ ਜਰਨੈਲ ਸੀ। ਉਹ ਸਮਝ ਗਿਆ ਕਿ ਜਿਸ ਹਿਸਾਬ ਨਾਲ ਸਿੱਖ ਫੌਜ ਆ ਰਹੀ ਹੈ ਆਉਂਦੀ ਹੀ ਹਮਲਾ ਕਰ ਦੇਵੇਗੀ। ਉਸ ਨੇ ਇੱਕਦਮ ਤਿਆਰ ਹੋ ਜਾਣ ਦਾ ਬਿਗਲ ਵਜਾ ਦਿੱਤਾ। ਫੌਜ ਨੂੰ ਆਪਣਾ ਖਾਣਾ ਅਧੂਰੇ ਛੱਡਣਾ ਪਿਆ। ਇਹ ਹੁਕਮ ਇੰਨੀ ਅਚਾਨਕ ਹੋਇਆ ਕਿ ਬਹੁਤ ਸਾਰੇ ਸਿਪਾਹੀ ਆਪਣੀ ਵਰਦੀ ਵੀ ਚੰਗੀ ਤਰ੍ਹਾਂ ਨਾ ਪਾ ਸਕੇ ਤੇ ਉਹਨਾਂ ਨੂੰ ਕਤਾਰਾਂ ਵਿੱਚ ਖੜਨਾ ਪੈ ਗਿਆ। ਅੰਗਰੇਜ਼ ਫੌਜ ਦੀ ਹਿਲਜੁਲ ਤੋਂ ਲਾਲ ਸਿੰਘ ਵੀ ਸਮਝ ਗਿਆ ਕਿ ਉਹਨਾਂ ਨੇ ਸਿੱਖ ਫੌਜ ਨੂੰ ਦੇਖ ਲਿਆ ਹੈ। ਉਹ ਆਪਣੀ ਫੌਜ ਦੀ ਮੋਰਚਾਬੰਦੀ ਬਾਰੇ ਸੋਚਣ ਲੱਗ ਪਿਆ। ਉਸਨੂੰ ਮੁਦਕੀ ਵਿੱਚ ਦਾਖਲ ਹੋਣ ਤੋਂ ਪਹਿਲਾਂ ਇੱਕ ਮਧਰਾ ਜਿਹਾ ਜੰਗਲ ਦਿਸਿਆ। ਇਹ ਪਹਾੜੀ ਕਿੱਕਰਾਂ ਬਬੂਲਾਂ ਤੇ ਤਰੇਲਾਂ ਦਾ ਕੰਡੇਦਾਰ ਜੰਗਲ ਸੀ। ਇਸ ਤੋਂ ਕੁਝ ਹਟਵੀਂ ਇੱਕ ਢਾਬ ਸੀ। ਮੋਰਚੇ ਲਈ ਇਹ ਬਹੁਤ ਵਧੀਆ ਥਾਂ ਸੀ। ਕੰਡਿਆਲਾ ਜੰਗਲ ਦੁਸ਼ਮਣ ਦੀ ਪੈਦਲ ਫੌਜ ਤੇ ਘੋੜ ਸਵਾਰਾਂ ਨੂੰ ਅੱਗੇ ਨਹੀਂ ਵਧਣ ਦੇਵੇਗਾ ਤੇ ਤੋਪਾਂ ਜੰਗਲ ਦੇ ਪਿਛਲੇ ਪਾਸੇ ਲਗਾਈਆਂ ਜਾਣਗੀਆਂ। ਅੱਧੇ ਘੋੜ ਚੜੇ ਜੰਗਲ ਦੇ ਇੱਕ ਪਾਸੇ ਤੋਂ ਤੇ ਅੱਧੇ ਦੂਜੇ ਪਾਸੇ ਤੋਂ ਹਮਲਾ ਕਰਨਗੇ। ਲਾਲ ਸਿੰਘ ਮੋਰਚਾਬੰਦੀ ਕਰਵਾ ਕੇ ਪਿੱਛੇ ਆਪਣੇ ਤੰਬੂ ਵਿੱਚ ਚਲੇ ਗਿਆ, ਜਿੱਥੋਂ ਉਹ ਫੌਜ ਨੂੰ ਅਗਵਾਈ ਦੇਣ ਲੱਗਿਆ। ਜਰਨੈਲਾਂ ਦਾ ਆਪਣੇ ਵੱਲ ਖਰਾਬ ਵਰਤਾਵ ਦੇਖ ਕੇ ਉਹ ਡਰ ਰਿਹਾ ਸੀ ਕਿ ਕਿਤੇ ਚੱਲਦੀ ਲੜਾਈ ਵਿੱਚ ਹੀ ਉਸ ਨੂੰ ਖਤਮ ਨਾ ਕਰ ਦਿੱਤਾ ਜਾਵੇ। ਲੜਾਈ ਦਾ ਮੈਦਾਨ ਗਰਮ ਹੋਣ ਲੱਗਿਆ। ਲਲਕਾਰੇ, ਬਿਗਲ, ਨਗਾਰੇ ਤੇ ਧੌਂਸੇ ਵੱਜ ਰਹੇ ਸਨ। ਅੰਗਰੇਜ਼ੀ ਤੋਪਾਂ ਦਾ ਕਮਾਂਡਰ ਬ੍ਰਿਗੇਡੀਅਰ ਬਰੁੱਕ ਸੀ। ਆਪਣੇ ਤੋਪਚੀਆਂ ਨੂੰ ਨਿਰਦੇਸ਼ ਦੇਣ ਲਈ ਉਹ ਆਪ ਘੋੜੇ ਤੇ ਚੜ੍ਹ ਕੇ ਉਹਨਾਂ ਦੇ ਆਲੇ ਦੁਆਲੇ ਘੁੰਮਣ ਲੱਗਿਆ। ਅੰਗਰੇਜ਼ਾਂ ਦੀਆਂ ਤੋਪਾਂ ਫੌਜ ਦੇ ਵਿਚਕਾਰ ਸਨ। ਸਿੱਖਾਂ ਦੀਆਂ ਤੋਪਾਂ ਜੰਗਲ ਓਹਲੇ ਹੋਣ ਕਰਕੇ ਅੰਗਰੇਜ਼ਾਂ ਨੂੰ ਇਹਨਾਂ ਦਾ ਪੂਰਾ ਪਤਾ ਨਹੀਂ ਸੀ ਲੱਗ ਰਿਹਾ। ਬਰੁੱਕ ਨੇ 9 ਪਾਉਂਡ ਦੇ ਗੋਲੇ ਵਾਲੀਆਂ 5 ਤੋਪਾਂ ਤਿਆਰ ਕਰ ਲਈਆਂ ਕਿ ਅਚਾਨਕ ਸਿੱਖਾਂ ਵੱਲੋਂ ਫਾਇਰ ਹੋ ਗਿਆ। ਤੋਪਾਂ ਦੇ ਗੋਲੇ ਅੰਗਰੇਜ਼ ਫੌਜ ਤੇ ਡਿੱਗਣ ਲੱਗੇ। ਕੁਝ ਘੋੜੇ ਜ਼ਖਮੀ ਹੋ ਗਏ ਤੇ 2 ਸਿਪਾਹੀ ਵੀ।
ਜੰਗਲ ਦੇ ਦੂਜੇ ਪਾਸਿਓਂ ਆਵਾਜ਼ ਆ ਰਹੀ ਸੀ ਤੇ ਧੂੰਆਂ ਉੱਠ ਰਿਹਾ ਸੀ, ਪਰ ਸਹੀ ਅੰਦਾਜ਼ਾ ਨਹੀਂ ਸੀ ਲੱਗ ਰਿਹਾ। ਫਿਰ ਵੀ ਅੰਗਰੇਜ਼ ਫੌਜਾਂ ਨੇ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ। ਇਹ ਗੋਲਾਬਾਰੀ ਕੁਝ ਦੇਰ ਤੱਕ ਚੱਲਦੀ ਰਹੀ। ਅੰਗਰੇਜ਼ਾਂ ਨੂੰ ਆਪਣਾ ਹੋ ਰਿਹਾ ਨੁਕਸਾਨ ਦਿਸ ਰਿਹਾ ਸੀ, ਪਰ ਦੁਸ਼ਮਣ ਜੰਗਲ ਦੇ ਓਹਲੇ ਹੋਣ ਕਰਕੇ ਕੁਝ ਪਤਾ ਵੀ ਨਹੀਂ ਸੀ ਚੱਲ ਰਿਹਾ। ਜੰਗਲ ਦੇ ਦੂਜੇ ਪਾਸਿਓਂ ਆ ਰਹੇ ਗੋਲੇ ਕੁਝ ਠੰਡੇ ਪਏ ਤਾਂ ਬਰੁੱਕ ਨੇ ਅੰਦਾਜ਼ਾ ਲਗਾਇਆ ਕਿ ਉਹਨਾਂ ਦੇ ਵਾਰ ਸਹੀ ਹੋ ਰਹੇ ਹਨ। ਉਹਨਾਂ ਦੇ ਦਾਗੇ ਗੋਲੇ ਦੁਸ਼ਮਣ ਦਾ ਨੁਕਸਾਨ ਕਰ ਰਹੇ ਸਨ। ਫਿਰ ਗੱਫ ਨੂੰ ਜੰਗਲ ਦੇ ਦੋਨੋਂ ਪਾਸਿਆਂ ਤੋਂ ਘੋੜ ਸਪਾਰ ਸਿਪਾਹੀ ਨਜ਼ਰ ਆ ਗਏ। ਗੱਫ ਨੇ ਬ੍ਰਿਗੇਡੀਅਰ ਵਾਈਟ ਨੂੰ ਸੱਜੇ ਪਾਸੇ ਤੇ ਬ੍ਰਿਗੇਡੀਅਰ ਮੈਕਟੀਅਰ ਨੂੰ ਖੱਬੇ ਪਾਸੇ ਤੋਂ ਮੁਕਾਬਲਾ ਕਰਨ ਦਾ ਹੁਕਮ ਦਿੱਤਾ। ਗੱਫ ਨੂੰ ਲੱਗ ਰਿਹਾ ਸੀ ਕਿ ਇਸ ਵੇਲੇ ਸਿੱਖਾਂ ਨੂੰ ਰੋਕਣਾ ਬਹੁਤ ਜ਼ਰੂਰੀ ਹੈ। ਉਸਨੇ ਤੀਜੀ ਡਰੈਗਨ ਤੇ ਚੌਥੀ ਕੈਵਲਰੀ ਨੂੰ ਆਪ ਅੱਗੇ ਜਾ ਕੇ ਉਤਸ਼ਾਹਿਤ ਕਰਦਿਆਂ ਸਿੱਖਾਂ ਨੂੰ ਹਰ ਹਾਲਤ ਵਿੱਚ ਰੋਕਣ ਲਈ ਕਿਹਾ। ਸਿੱਖਾਂ ਦੇ ਘੋੜ ਸਵਾਰਾਂ ਨੇ ਅੰਗਰੇਜ਼ਾਂ ਦੀ ਕੈਵਲਰੀ ਆਉਂਦਿਆਂ ਦੇਖ ਕੇ ਕੁਝ ਵੀ ਨਾ ਕੀਤਾ। ਉਹ ਆਰਾਮ ਨਾਲ ਇਵੇਂ ਖੜ੍ਹੇ ਸਨ ਜਿਵੇਂ ਕਿਸੇ ਨੂੰ ਮਿਲਣ ਲਈ ਖੜ੍ਹੇ ਹੋਏ। 4 ਤੋਂ 5 ਹਜ਼ਾਰ ਸਿੱਖ ਘੋੜ ਸਵਾਰ ਸਨ, ਪਰ ਆਪਣੇ ਕਮਾਂਡਰ ਦੇ ਹੁਕਮ ਦੀ ਉਡੀਕ ਵਿੱਚ ਪੱਥਰ ਬਣੇ ਖੜ੍ਹੇ ਸਨ। ਉਸ ਵੇਲੇ ਕੋਈ ਜਰਨੈਲ ਸਿਰ ਤੇ ਹੈ ਹੀ ਨਹੀਂ ਸੀ। ਜਦ ਅੰਗਰੇਜ਼ ਕੈਵਲਰੀ ਉਹਨਾਂ ਦੇ ਵਿਚਕਾਰ ਹੀ ਆ ਵੜੀ ਤੇ ਵਾਰ ਕਰਨ ਲੱਗੀ ਤਾਂ ਸਿੱਖਾਂ ਨੇ ਲੜਨਾ ਸ਼ੁਰੂ ਕੀਤਾ। ਅੰਗਰੇਜ਼ ਫੌਜ ਬਹੁਤ ਹੀ ਨਜ਼ਦੀਕ ਚਲੇ ਗਈ ਹੋਣ ਕਰਕੇ ਇਹ ਲੜਾਈ ਤਲਵਾਰਾਂ ਤੇ ਨੇਜਿਆਂ ਨਾਲ ਹੀ ਹੋਈ। ਸਿੱਖ ਬਹੁਤ ਬਹਾਦਰੀ ਨਾਲ ਲੜੇ, ਬਹੁਤ ਘਮਸਾਨ ਦਾ ਯੁੱਧ ਹੋਇਆ। ਜੇ ਸਿੱਖ ਘੋੜ ਸਵਾਰਾਂ ਨੇ ਦੁਸ਼ਮਣ ਉੱਪਰ ਪਹਿਲਾਂ ਹਮਲਾ ਕਰ ਦਿੱਤਾ ਹੁੰਦਾ ਤਾਂ ਹਾਲਾਤ ਹੋਰ ਹੁੰਦੇ, ਪਰ ਅੰਗਰੇਜ਼ਾਂ ਵੱਲੋਂ ਪਹਿਲਾਂ ਵਾਰ ਕਰਨ ਨਾਲ ਸਿੱਖ ਘੋੜ ਸਵਾਰਾਂ ਦਾ ਪੱਲੜਾ ਹਲਕਾ ਰਹਿ ਗਿਆ ਤੇ ਉਹਨਾਂ ਨੂੰ ਪਿੱਛੇ ਹਟਣਾ ਪਿਆ। ਉਹਨਾਂ ਦਾ ਮੁਕਾਬਲਾ ਵੀ ਤੀਜੀ ਡਰੈਗਨ ਨਾਲ ਸੀ, ਜਿਹੜੀ ਕਿ ਬਹੁਤ ਤਜਰਬੇਕਾਰ ਰੈਜੀਮੈਂਟ ਮੰਨੀ ਜਾਂਦੀ ਸੀ। ਸਿੱਖ ਘੋੜ ਸਵਾਰ ਮੈਦਾਨ ਵਿੱਚੋਂ ਕਾਫ਼ੀ ਪਿੱਛੇ ਹਟ ਗਏ। ਲਾਲ ਸਿੰਘ ਇੰਨਾ ਡਰਿਆ ਹੋਇਆ ਸੀ ਕਿ ਇੱਕ ਵਾਰ ਆਪਣੇ ਤੰਬੂ ਵਿੱਚ ਗਿਆ ਤੇ ਮੁੜ ਕੇ ਬਾਹਰ ਹੀ ਨਾ ਨਿਕਲਿਆ। ਆਪਣੇ ਅੰਗ ਰੱਖਿਅਕਾਂ ਨੂੰ ਵਾਰ ਵਾਰ ਚੌਕੰਨੇ ਰਹਿਣ ਦਾ ਹੁਕਮ ਦਿੰਦਾ ਜਾ ਰਿਹਾ ਸੀ। ਜਦ ਉਸਨੂੰ ਲੱਗਿਆ ਕਿ ਖਾਲਸਾ ਫੌਜ ਹਾਰਨ ਵਾਲੀ ਹੈ ਤਾਂ ਉਹ ਵਾਪਸ ਫੇਰੂ ਸ਼ਾਹ ਲਈ ਚੱਲ ਪਿਆ, ਜਿੱਥੇ ਉਸਨੂੰ ਆਪਣਾ ਆਪ ਵੱਧ ਸੁਰੱਖਿਅਤ ਲੱਗਦਾ ਸੀ, ਕਿਉਂਕਿ ਉੱਥੇ ਮੁਸਲਮਾਨ ਤੇ ਡੋਗਰਾ ਫੌਜ ਦੀ ਗਿਣਤੀ ਵਧੇਰੇ ਸੀ। ਉਸਦੇ ਜਾਣ ਤੋਂ ਬਾਅਦ ਫੌਜ ਬਿਨਾਂ ਕਮਾਂਡਰ ਤੋਂ ਹੀ ਲੜਦੀ ਰਹੀ। ਸਿੱਖ ਸਿਪਾਹੀਆਂ ਕੋਲ ਬਹੁਤੀਆਂ ਤੋੜੇਦਾਰ ਬੰਦੂਕਾਂ ਸਨ। ਅੰਗਰੇਜ਼ ਸਿਪਾਹੀਆਂ ਕੋਲ ਭਾਵੇਂ ਬੰਦੂਕਾਂ ਸਿੱਖਾਂ ਨਾਲੋਂ ਜ਼ਰਾ ਕੁ ਨਵੀਂ ਕਿਸਮ ਦੀਆਂ ਸਨ, ਪਰ ਉਹਨਾਂ ਨੂੰ ਵੀ ਭਰਨ ਨੂੰ ਵਕਤ ਲੱਗਦਾ ਸੀ। ਜਦ ਇੱਕ ਸਿਪਾਹੀ ਗੋਲੀ ਦਾਗ ਰਿਹਾ ਹੁੰਦਾ ਤਾਂ ਉਸਦੇ ਪਿੱਛੇ ਖੜ੍ਹਾ ਦੂਜਾ ਸਿਪਾਹੀ ਠੋਕ ਠੋਕ ਕੇ ਆਪਣੀ ਬੰਦੂਕ ਵਿੱਚ ਬਰੂਦ ਭਰ ਰਿਹਾ ਹੁੰਦਾ। ਕਈ ਸਿਪਾਹੀ ਤਾਂ ਬੰਦੂਕ ਭਰਨ ਸਮੇਂ ਹੀ ਦੁਸ਼ਮਣ ਦੀ ਗੋਲੀ ਦਾ ਸ਼ਿਕਾਰ ਹੋ ਜਾਂਦੇ ਸਨ। ਸਿੱਖ ਘੋੜ ਸਵਾਰਾਂ ਤੋਂ ਬਾਅਦ ਹਿਊ ਗੱਫ ਸਿੱਖਾਂ ਦੀ ਪੈਦਲ ਸੈਨਾ ਤੇ ਤੋਪਾਂ ਨਾਲ ਸਿੱਜਣ ਬਾਰੇ ਸਕੀਮ ਬਣਾਉਣ ਲੱਗਿਆ। ਉਸਨੇ ਆਪਣੀ ਪੈਦਲ ਫੌਜ ਨੂੰ ਅੱਗੇ ਲਿਆਂਦਾ। ਸ਼ਾਮ ਪੈ ਚੁੱਕੀ ਸੀ, ਸਿਆਲਾਂ ਦੇ ਦਿਨ ਹੋਣ ਕਰਕੇ ਹਨੇਰਾ ਵੀ ਜਲਦੀ ਹੋ ਜਾਣਾ ਸੀ, ਪਰ ਹੁਣ ਹਾਲਤ ਅਜਿਹੀ ਸੀ ਕਿ ਲੜਾਈ ਲੜਨੀ ਹੀ ਪੈਣੀ ਸੀ।
ਪੈਦਲ ਫੌਜ ਅੱਗੇ ਆਈ ਹੀ ਸੀ ਕਿ ਸਿੱਖ ਫੌਜ ਵੱਲੋਂ ਇੱਕਦਮ ਗੋਲਾਬਾਰੀ ਆਰੰਭ ਹੋ ਗਈ। ਸਿੱਖਾਂ ਦਾ ਪੱਲੜਾ ਬਹੁਤ ਭਾਰੀ ਪੈਣ ਲੱਗਿਆ। ਅੰਗਰੇਜ਼ ਸਿਪਾਹੀ ਬਿਲਕੁਲ ਅੱਗੇ ਨਹੀਂ ਸਨ ਵੱਧ ਪਾ ਰਹੇ। ਇੱਥੇ ਹਿੰਦੁਸਤਾਨ ਦੇ ਦੇਸੀ ਸਿਪਾਹੀ ਲੜ ਰਹੇ ਸਨ, ਜਿਨ੍ਹਾਂ ਉੱਪਰ ਕਈ ਅੰਗਰੇਜ਼ ਕਮਾਂਡਰ ਭਰੋਸਾ ਵੀ ਨਹੀਂ ਸਨ ਕਰਦੇ। ਹਿੰਦੁਸਤਾਨੀ ਸਿਪਾਹੀਆਂ ਵਿੱਚ ਸਿੱਖਾਂ ਦਾ ਉਂਝ ਹੀ ਬਹੁਤ ਦਹਿਲ ਸੀ। ਇੱਕ ਮੌਕਾ ਅਜਿਹਾ ਵੀ ਆਇਆ ਕਿ ਸਿਪਾਹੀ ਇੰਨੇ ਘਬਰਾ ਗਏ ਤੇ ਡਰ ਗਏ ਕਿ ਉਹਨਾਂ ਨੂੰ ਪਤਾ ਹੀ ਨਹੀਂ ਸੀ ਚੱਲ ਰਿਹਾ ਕਿ ਉਹ ਕਿਸ ਪਾਸੇ ਗੋਲੀ ਚਲਾ ਰਹੇ ਹਨ। ਇਹਨਾਂ ਦੇ ਕਮਾਂਡਰ ਹੈਵਲੌਕ ਨੂੰ ਹਿਊ ਗਫ ਨੇ ਉੱਚੀ ਆਵਾਜ਼ ਵਿੱਚ ਕਿਹਾ, ਆਫੀਸਰ ਆਪਣੇ ਸਿਪਾਹੀਆਂ ਨੂੰ ਦੱਸ ਕਿ ਦੁਸ਼ਮਣ ਸਾਹਮਣੇ ਹੈ, ਨਾ ਕਿ ਪਿਛਲੇ ਪਾਸੇ। ਸਿੱਖ ਫੌਜ ਪੂਰੇ ਉਤਸ਼ਾਹ ਨਾਲ ਲੜ ਰਹੀ ਸੀ, ਪਰ ਕੋਈ ਕਮਾਂਡਰ ਨਾ ਹੋਣ ਕਰਕੇ ਕੋਈ ਤਰਤੀਬ ਨਹੀਂ ਸੀ। ਮੁਸਲਮਾਨ ਗੰਨਰ ਤੇ ਸਿੱਖ ਪੈਦਲ ਫੌਜ ਅੰਗਰੇਜ਼ਾਂ ਉੱਪਰ ਪੂਰੀ ਤਰ੍ਹਾਂ ਹਾਵੀ ਸੀ। ਅੰਗਰੇਜ਼ ਫੌਜ ਨੇ ਜੰਗਲ ਦੇ ਉੱਪਰ ਦੇ ਹੁੰਦੇ ਹੋਏ ਸਿੱਖ ਫੌਜ ਨੂੰ ਘੇਰ ਲਿਆ। ਸਿੱਖ ਨਿਸ਼ਾਨੇਬਾਜ਼ ਦਰਖਤਾਂ ਉੱਪਰ ਜਾ ਚੜ੍ਹੇ ਤੇ ਨਿਸ਼ਾਨੇ ਸਾਧਦੇ ਰਹੇ, ਖਾਸ ਤੌਰ ਤੇ ਅਫਸਰਾਂ ਦੇ। ਇੱਕ ਪਾਸੇ ਅੰਗਰੇਜ਼ ਫੌਜ ਦਾ ਸ਼ੋਰ ਤੇ ਦੂਜੇ ਪਾਸੇ ਅੱਲਾਹੂ ਅਕਬਰ ਤੇ ਜੋ ਬੋਲੇ ਸੋ ਨਿਹਾਲ ਦੇ ਨਾਰੇ ਲੱਗ ਰਹੇ ਸਨ। ਹੋਰ ਚੀਖ ਚਿਹਾੜਾ ਵੀ ਸੀ। ਇਸ ਸ਼ੋਰ ਨਾਲ ਅਸਮਾਨ ਗੂੰਜ ਰਿਹਾ ਸੀ ਤੇ ਰਾਤ ਪੈ ਚੁੱਕੀ ਸੀ। ਕਿਧਰੇ ਵੀ ਕੁਝ ਨਹੀਂ ਸੀ ਦਿਸ ਰਿਹਾ। ਗੋਲੀ ਕਿੱਧਰੋਂ ਆ ਰਹੀ ਸੀ ਤੇ ਕਿੱਧਰ ਨੂੰ ਜਾ ਰਹੀ ਸੀ ਕੁਝ ਨਹੀਂ ਸੀ ਪਤਾ ਚੱਲ ਰਿਹਾ। ਸਭ ਕੁਝ ਅੰਦਾਜ਼ੇ ਨਾਲ ਹੀ ਹੋ ਰਿਹਾ ਸੀ। ਲਾਲ ਸਿੰਘ ਦੇ ਮੈਦਾਨ ਛੱਡ ਕੇ ਚਲੇ ਜਾਣ ਦੀ ਖਬਰ ਹਿਊ ਗਫ ਨੂੰ ਮਿਲ ਗਈ ਸੀ। ਉਹ ਸਿੱਖ ਫੌਜ ਨੂੰ ਕਮਾਂਡਰ ਤੋਂ ਬਿਨਾਂ ਫੌਜ ਐਵੇਂ ਲੜਦੀ ਦੇਖ ਕੇ ਬਹੁਤ ਹੈਰਾਨ ਵੀ ਸੀ। ਉਸਨੇ ਹੁਕਮ ਦਿੱਤਾ ਕਿ ਲਾਹੌਰ ਫੌਜ ਦੇ ਤੋਪਖਾਨੇ ਤੱਕ ਕਿਸੇ ਨਾ ਕਿਸੇ ਤਰ੍ਹਾਂ ਪੁੱਜਿਆ ਜਾਵੇ। ਮੇਜਰ ਸੋਮਰਸੈਟ ਅਗਵਾਈ ਵਿੱਚ ਆਇਆ ਤੇ ਉਸਦੇ ਪਿੱਛੇ ਫੌਜ ਵੀ ਨੀਵੀਂ ਹੋ ਕੇ ਲੰਘਦੀ, ਧੂੰਏ ਤੇ ਜੰਗਲ ਨੂੰ ਚੀਰਦੀ ਕਿਸੇ ਨਾ ਕਿਸੇ ਤਰ੍ਹਾਂ ਤੋਪਖਾਨੇ ਤੱਕ ਪੁੱਜ ਗਈ। ਮੁਸਲਮਾਨ ਗੰਨਰ ਆਖਰੀ ਦਮ ਤੱਕ ਬਹਾਦਰੀ ਨਾਲ ਲੜਦੇ ਰਹੇ, ਪਰ ਉਹਨਾਂ ਨੇ ਤੋਪਾਂ ਦਾ ਸਾਥ ਨਾ ਛੱਡਿਆ। ਅੰਗਰੇਜ਼ਾਂ ਦੀ 9ਵੀਂ ਪੈਦਲ ਬਟਾਲੀਅਨ ਨੂੰ ਵੀ ਘੋਰ ਮੁਕਾਬਲੇ ਦਾ ਸਾਹਮਣਾ ਕਰਨਾ ਪਿਆ। ਇਸ ਦੇ ਬਹੁਤ ਸਾਰੇ ਸਿਪਾਹੀ ਤਾਂ ਦੌੜ ਕੇ ਪਿੰਡ ਮੁਦਕੀ ਵਿੱਚ ਜਾ ਲੁਕੇ, ਕਈ ਤਾਂ ਸਿੱਖਾਂ ਤੋਂ ਇੰਨੇ ਡਰ ਗਏ ਕਿ ਦਿਮਾਗੀ ਤਵਾਜਨ ਗਵਾ ਬੈਠੇ। ਜਦ ਅਗਲੇ ਦਿਨ ਫੜੇ ਗਏ ਤਾਂ ਉਹ ਇਹੋ ਹੀ ਕਹਿੰਦੇ ਜਾਣ ਕਿ ਸਿੱਖਾਂ ਨੇ ਸਾਡਾ ਕੀ ਵਿਗਾੜਿਆ ਹੈ ਜੋ ਉਹਨਾਂ ਨੂੰ ਅਸੀਂ ਮਾਰ ਗਏ। ਇਸ ਲੜਾਈ ਵਿੱਚ ਬ੍ਰਿਗੇਡੀਅਰ ਵੀਲਰ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਹੋਰ ਵੀ ਬਹੁਤ ਸਾਰੇ ਅਫਸਰ ਮਾਰੇ ਗਏ ਸਨ। ਨੁਕਸਾਨ ਸਿੱਖਾਂ ਵਾਲੇ ਪਾਸੇ ਵੀ ਬਹੁਤ ਹੋਇਆ। ਅੱਧੀ ਰਾਤ ਤੋਂ ਬਾਅਦ ਜਾ ਕੇ ਕਿਤੇ ਲੜਾਈ ਖਤਮ ਹੋਈ। ਸਿਪਾਹੀ ਬਹੁਤ ਹੀ ਬੁਰੀ ਤਰ੍ਹਾਂ ਥੱਕ ਗਏ ਸਨ ਤੇ ਠੰਡ ਵੀ ਲੋੜੇ ਦੀ ਸੀ। ਬਚੇ ਖੁਚੇ ਸਿੱਖ ਸਿਪਾਹੀ ਵਾਪਸ ਫੇਰੂ ਸ਼ਹਿਰ ਚਲੇ ਗਏ। ਅੰਗਰੇਜ਼ ਸਿਪਾਹੀ ਪਿੱਛੇ ਕੈਂਪ ਵਿੱਚ ਮੁੜ ਆਏ। ਉਹਨਾਂ ਦੀ ਬੁਰੀ ਹਾਲਤ ਸੀ। ਅੰਗਰੇਜ਼ ਫੌਜ ਕੋਲ ਦਵਾਈਆਂ ਦਾ ਕੋਈ ਖਾਸ ਇੰਤਜ਼ਾਮ ਨਾ ਹੋਣ ਕਰਕੇ ਮਰਨ ਵਾਲੇ ਸਿਪਾਹੀਆਂ ਦੀ ਗਿਣਤੀ ਹੋਰ ਵੀ ਵੱਧ ਗਈ। ਹਿਊ ਗਫ ਤੜਕਸਾਰ ਟੌਰਚ ਲੈ ਕੇ ਮੈਦਾਨ ਦੇਖਣ ਨੂੰ ਨਿਕਲ ਗਿਆ। ਚਾਰੇ ਪਾਸੇ ਦੋਨਾਂ ਪਾਸਿਆਂ ਦੇ ਸਿਪਾਹੀਆਂ, ਅਫਸਰਾਂ, ਘੋੜੇ ਤੇ ਊਠਾਂ ਦੀਆਂ ਲਾਸ਼ਾਂ ਪਈਆਂ ਸਨ। ਉਹ ਸਮਝਦਾ ਸੀ ਕਿ ਲੜਾਈ ਦੀ ਇਸ ਜਿੱਤ ਦਾ ਕਾਰਨ ਖਾਲਸਾ ਫੌਜ ਦਾ ਘੱਟ ਹੋਣਾ ਤੇ ਲਾਲ ਸਿੰਘ ਦਾ ਮੈਦਾਨ ਵਿੱਚੋਂ ਚਲੇ ਜਾਣਾ ਹੈ।
ਉਸਨੇ ਹਿੰਦੁਸਤਾਨ ਵਿੱਚ ਆ ਕੇ ਕਈ ਲੜਾਈਆਂ ਲੜੀਆਂ ਸਨ, ਪਰ ਅਜਿਹੀ ਟੱਕਰ ਉਸਨੂੰ ਅੱਜ ਤੱਕ ਕਿਸੇ ਨੇ ਨਹੀਂ ਸੀ ਦਿੱਤੀ। 19 ਦਸੰਬਰ ਅਗਲੇ ਦਿਨ ਬਾਅਦ ਦੁਪਹਿਰ ਅੰਗਰੇਜ਼ ਫੌਜ ਨੇ ਰੱਜ ਕੇ ਖਾਣਾ ਖਾਧਾ। ਗਵਰਨਰ ਜਨਰਲ ਲਾਰਡ ਹਾਰਡਿੰਗ ਵੀ ਹੁਣ ਤੱਕ ਪੁੱਜ ਗਿਆ ਸੀ। ਉਹ ਆਪ ਵੀ ਇੱਕ ਨਿਪੁੰਨ ਸਿਪਾਹੀ ਸੀ। ਕਮਾਂਡਰ ਇਨ ਚੀਫ ਨੂੰ ਜਿੱਤ ਦੀਆਂ ਵਧਾਈਆਂ ਦੇ ਕੇ ਉਹ ਲੜਾਈ ਦਾ ਮੈਦਾਨ ਦੇਖਣ ਚਲੇ ਗਿਆ। ਚਾਰੇ ਪਾਸੇ ਘੁੰਮ ਕੇ ਦੇਖਦਾ ਉਹ ਆਲੇ ਦੁਆਲੇ ਦਾ ਮੁਆਇਨਾ ਕਰਦਾ ਹੈਰਾਨ ਹੋ ਰਿਹਾ ਸੀ। ਇਹ ਬਹੁਤ ਹੀ ਔਖੀ ਲੜਾਈ ਸੀ ਜਿਹੜੀ ਕਿ ਜਿੱਤਣੀ ਅਸੰਭਵ ਜਿਹੀ ਹੀ ਸੀ। ਹਿਊ ਗੱਫ ਦੀ ਪਲਾਨਿੰਗ ਕਮਾਲ ਦੀ ਸੀ। ਉਹ ਕਹਿਣ ਲੱਗਿਆ, ਕਮਾਂਡਰ ਤੁਸੀਂ ਕਮਾਲ ਕਰ ਦਿੱਤਾ ਏ, ਮੈਨੂੰ ਆਪਣਾ ਸੈਕਿੰਡ ਇਨ ਚੀਫ ਕਮਾਂਡਰ ਬਣਾ ਲਓ। ਸਰ, ਤੁਸੀਂ ਸਾਡੇ ਗਵਰਨਰ ਜਨਰਲ ਹੋ, ਮੇਰੇ ਤੋਂ ਵੱਡੇ ਅਹੁਦੇ 'ਤੇ ਹੋ, ਮੈਂ ਤੁਹਾਨੂੰ ਆਪਣਾ ਮਹਿਤਤ ਕਿਵੇਂ ਬਣਾ ਸਕਦਾ ਹਾਂ? ਯੁੱਧ ਨੀਤੀ ਵਿੱਚ ਤੁਸੀਂ ਮੇਰੇ ਤੋਂ ਵੱਡੇ ਹੋ, ਮੈਂ ਤੁਹਾਡੀ ਕਮਾਂਡ ਹੇਠ ਕੰਮ ਕਰਕੇ ਕੁਝ ਸਿੱਖਣਾ ਚਾਹੁੰਦਾ ਹਾਂ, ਲਾਰਡ ਹਾਰਡਿੰਗ ਨੇ ਕਿਹਾ। ਉਸਦੇ ਇਹ ਬੋਲ ਹਿਊ ਗੱਫ ਲਈ ਬਹੁਤ ਮਾਣ ਵਾਲੀ ਗੱਲ ਸਨ। ਉਸਨੇ ਲਾਰਡ ਹਾਰਡਿੰਗ ਨਾਲ ਹੱਥ ਮਿਲਾਇਆ ਅਤੇ ਕਿਹਾ, ਸਰ, ਮਾਕਸਕਿਲ ਦੀ ਸ਼ਹੀਦੀ ਕਾਰਨ ਡੀਜ਼ੀ ਡਿਵੀਜ਼ਨ ਦੀ ਕਮਾਂਡ ਖਾਲੀ ਹੋ ਗਈ ਏ। ਜੇ ਚਾਹੋ ਤਾਂ ਤੁਸੀਂ ਇਹ ਪੋਸਟ ਸੰਭਾਲ ਸਕਦੇ ਹੋ, ਮੇਰੇ ਲਈ ਬਹੁਤ ਹੀ ਮਾਣ ਦੀ ਗੱਲ ਹੋਵੇਗੀ। ਆਖਦਿਆਂ ਹਾਰਡਿੰਗ ਨੇ ਗੱਫ ਨੂੰ ਸਲੂਟ ਮਾਰਿਆ। ਗਵਰਨਰ ਜਨਰਲ ਹੋਣ ਦੇ ਬਾਵਜੂਦ ਲਾਰਡ ਹਾਰਡਿੰਗ ਹਿਊ ਗੱਫ ਤੋਂ ਨਿਰਦੇਸ਼ ਲੈਂਦਾ ਉਸਦੇ ਅਧੀਨ ਕੰਮ ਕਰਨ ਲੱਗ ਪਿਆ। ਦੇਖਣ ਵਾਲੇ ਹੈਰਾਨ ਵੀ ਹੁੰਦੇ ਤੇ ਲਾਰਡ ਹਾਰਡਿੰਗ ਦੀ ਜਿੰਦਾ ਦਿਲੀ ਦੀ ਦਾਦ ਵੀ ਦਿੰਦੇ। ਸਿੱਖਾਂ ਦੇ ਹੌਸਲੇ ਬੁਲੰਦ ਸਨ। ਉਹ ਸਮਝਦੇ ਸਨ ਕਿ ਮੁਦਕੀ ਦੀ ਲੜਾਈ ਉਹ ਹਾਰੇ ਨਹੀਂ ਹਨ। ਉਹਨਾਂ ਨੇ ਅੰਗਰੇਜ਼ਾਂ ਦੇ ਬੁਰੀ ਤਰ੍ਹਾਂ ਦੰਦ ਖੱਟੇ ਕੀਤੇ ਹਨ। ਉਹ ਆਪਣੀ ਹਾਰ ਦਾ ਸਾਰਾ ਜ਼ਿੰਮਾ ਲਾਲ ਸਿੰਘ ਉੱਪਰ ਪਾਉਣ ਲੱਗ ਪਏ ਕਿ ਲਾਲ ਸਿੰਘ ਮੈਦਾਨ ਵਿੱਚ ਡਟਿਆ ਰਹਿੰਦਾ ਤਾਂ ਉਹਨਾਂ ਨੇ ਕਦੇ ਵੀ ਨਹੀਂ ਸੀ ਹਾਰਨਾ। ਕੁਝ ਜਰਨੈਲ ਲਾਲ ਸਿੰਘ ਤੋਂ ਬਹੁਤ ਔਖੇ ਸਨ, ਪਰ ਉਹ ਕੁਝ ਕਰ ਨਹੀਂ ਸਨ ਸਕਦੇ। ਪਰ ਆਪਸ ਵਿੱਚ ਕੁਸਰ ਮੁਸਰ ਜ਼ਰੂਰ ਚੱਲ ਰਹੀ ਸੀ। ਲਾਲ ਸਿੰਘ ਨੂੰ ਪਤਾ ਸੀ ਕਿ ਉਸਦੇ ਖਿਲਾਫ ਕਿਸੇ ਵੀ ਕਿਸਮ ਦੀ ਕੋਈ ਸਾਜਿਸ਼ ਰਚੀ ਜਾ ਸਕਦੀ ਹੈ। ਇਸ ਲਈ ਉਸਨੇ ਆਪਣੇ ਵਿਸ਼ੇਸ਼ ਬੰਦੇ ਫੌਜ ਵਿੱਚ ਛੱਡੇ ਹੋਏ ਸਨ। ਇਹ ਬੰਦੇ ਸਾਰੀ ਗੱਲ ਉਸ ਤੱਕ ਪੁੱਜਦੀ ਕਰ ਰਹੇ ਸਨ। ਲਾਲ ਸਿੰਘ ਇਹ ਵੀ ਸੋਚਦਾ ਕਿ ਦੁਸ਼ਮਣ ਸਾਹਮਣੇ ਖੜਾ ਹੈ ਤੇ ਇਹ ਘਰੇਲੂ ਲੜਾਈ ਦਾ ਵਕਤ ਨਹੀਂ ਹੈ। ਮੁਦਕੀ ਤੋਂ ਪਿੱਛੇ ਹਟ ਕੇ ਸਿੱਖ ਫੌਜ ਫੇਰੂ ਸ਼ਹਿਰ ਵਿੱਚ ਅੰਗਰੇਜ਼ਾਂ ਨਾਲ ਜ਼ੋਰ ਅਜਮਾਈ ਲਈ ਤਿਆਰ ਹੋਣ ਲੱਗੀ। 10,000 ਸਿੱਖ ਘੋੜ ਸਵਾਰ ਜੋ ਮੁਦਕੀ ਵਿੱਚ ਕੁਝ ਨਹੀਂ ਸਨ ਕਰ ਸਕੇ, ਉਹ ਉੱਥੋਂ ਭੱਜ ਕੇ ਫੇਰੂ ਸ਼ਹਿਰ ਆ ਗਏ। ਜਿਹੜੀ ਫੌਜ ਬਚੀ ਸੀ ਉਹ ਵੀ ਬਾਕੀ ਫੌਜ ਦੇ ਨਾਲ ਜਾ ਰਲੀ। ਉਹਨਾਂ ਦੀ ਮਦਦ ਲਈ ਨਾਲ ਹੀ ਨਾਲ ਇਹ ਵੀ ਭਰੋਸਾ ਸੀ ਕਿ ਤੇਜ ਸਿੰਘ ਆਪਣੀ 30,000 ਫੌਜ ਲੈ ਕੇ ਉਹਨਾਂ ਨਾਲ ਆ ਰਲੇਗਾ। ਫੇਰੂ ਸ਼ਹਿਰ ਵਿੱਚ ਹੁਣ ਸਿੱਖਾਂ ਕੋਲ 24, 32 ਤੇ 48 ਪਾਉਂਡ ਵਾਲੇ ਗੋਲੇ ਸੁੱਟਣ ਵਾਲੀਆਂ ਤੋਪਾਂ ਸਨ। ਖਾਲਸਾ ਫੌਜ ਨੇ ਫਿਰੋਜ਼ ਸ਼ਾਹ ਵਿੱਚ ਕੋਹ ਭਰ ਲੰਬੀ ਤੇ ਪੌਣੀ ਕੋਹ ਚੌੜੀ ਇੱਕ ਦਾਇਰੇ ਦੇ ਰੂਪ ਵਿੱਚ ਮੋਰਚਾਬੰਦੀ ਕਰ ਲਈ ਸੀ। ਫੌਜ ਐਨ ਦੀਆਂ 3 ਬ੍ਰਿਗੇਡਾਂ ਲਾਲ ਸਿੰਘ ਨਾਲ ਆ ਰਲੀਆਂ ਸਨ। ਪਹਿਲੀ ਬ੍ਰਿਗੇਡ ਦਾ ਨਾਂ ਸੀ ਦੀਵਾਨ ਅਯੁੱਧਿਆ ਪ੍ਰਸ਼ਾਦ, ਦੂਜੀ ਦਾ ਮਹਿਤਾਬ ਸਿੰਘ ਤੇ ਤੀਜੀ ਦਾ ਬਹਾਦਰ ਸਿੰਘ। ਖਾਲਸਾ ਫੌਜ ਫੇਰੂ ਸ਼ਹਿਰ ਦੀ ਜੰਗ ਜਿੱਤਣ ਲਈ ਹਰ ਤਰ੍ਹਾਂ ਤਿਆਰ ਸੀ।
ਸਿੱਖ ਜਰਨੈਲਾਂ ਦੇ ਮਨਾਂ ਵਿੱਚ ਤੇਜ ਸਿੰਘ ਦੇ ਹਾਲੇ ਤੱਕ ਨਾ ਪੁੱਜਣ ਕਾਰਨ ਕੁਝ ਡਰ ਵੀ ਸੀ। ਜੇ ਉਹ ਵੀ ਇਸ ਵੇਲੇ ਹਾਜ਼ਰ ਹੋਵੇ ਤਾਂ ਇਹ ਯੁੱਧ ਜਿੱਤਿਆ ਹੀ ਜਿੱਤਿਆ ਸੀ, ਪਰ ਤੇਜ ਸਿੰਘ ਦੇ ਮਨ ਵਿੱਚ ਕੁਝ ਹੋਰ ਸੀ। ਉਹ ਹਾਲੇ ਵੀ ਬਹਾਨਾ ਬਣਾ ਕੇ ਫਿਰੋਜ਼ਪੁਰ ਹੀ ਬੈਠਾ ਰਿਹਾ ਸੀ। ਅਫਸਰ ਜਾਂ ਕੋਈ ਹੋਰ ਪੁੱਛਦਾ ਤਾਂ ਕਹਿ ਦਿੰਦਾ ਕਿ ਉਹ ਫਿਰੋਜ਼ਪੁਰ ਰਹਿ ਕੇ ਲਿਟਰਲ ਉੱਪਰ ਨਿਗਾਹ ਰੱਖ ਰਿਹਾ ਹੈ। ਫਿਰ ਲਿਟਰਲ ਦੀ ਫੌਜ ਵੀ ਬਾਕੀ ਅੰਗਰੇਜ਼ ਫੌਜ ਨਾਲ ਮਿਲਣ ਲਈ ਫੇਰੂ ਸ਼ਹਿਰ ਨੂੰ ਤੁਰ ਪਈ, ਪਰ ਤੇਜ ਸਿੰਘ ਹਾਲੇ ਵੀ ਫਿਰੋਜ਼ਪੁਰ ਹੀ ਸੀ। ਦੋਨਾਂ ਸਥਾਨਾਂ ਦਾ ਫਰਕ ਸਿਰਫ 12-13 ਕੋਹ ਦਾ ਸੀ। ਫੇਰੂ ਸ਼ਹਿਰ ਵਿੱਚ ਹਾਜ਼ਰ ਸਿੱਖ ਤੇ ਜਰਨੈਲ ਤੇਜ ਸਿੰਘ ਦੇ ਆਉਣ ਦੀ ਆਸ ਛੱਡ ਕੇ ਮਾਨਸਿਕ ਤੌਰ 'ਤੇ ਇਸ ਯੁੱਧ ਲਈ ਤਿਆਰ ਹੋ ਗਏ। ਅੰਗਰੇਜ਼ਾਂ ਦੀ ਫੌਜ ਨੂੰ ਹੁਣ ਇੱਕ ਦਿਨ ਦਾ ਆਰਾਮ ਮਿਲ ਚੁੱਕਿਆ ਸੀ, ਰਾਸ਼ਨ ਵੀ ਪੂਰਾ ਮਿਲ ਗਿਆ ਸੀ। ਹੋਰ ਫੌਜ ਵੀ ਉਸ ਨਾਲ ਆ ਕੇ ਰਲ ਚੁੱਕੀ ਸੀ। 29ਵੀਂ ਪੈਦਲ ਕਸੌਲੀ ਤੋਂ ਆ ਪੁੱਜੀ ਸੀ, 11ਵੀਂ ਨੇਟਿਵ ਲੁਧਿਆਣੇ ਤੋਂ ਅਤੇ 41ਵੀਂ ਨੇਟਿਵ ਅੰਬਾਲੇ ਤੋਂ ਪੁੱਜ ਗਈ ਸੀ। ਮਾਰੇ ਗਏ ਕਮਾਂਡਰਾਂ ਅਤੇ ਅਫਸਰਾਂ ਦੀ ਥਾਂ 'ਤੇ ਨਵੇਂ ਅਫਸਰ ਰੱਖ ਲਏ ਗਏ ਸਨ। ਹਿਉ ਗਫ ਨੂੰ ਹੋਰ ਤੋਪਾਂ ਵੀ ਮਿਲ ਗਈਆਂ ਸਨ, ਜਿਹੜੀਆਂ ਕਿ ਜ਼ਿਆਦਾ ਆਧੁਨਿਕ ਸਨ। ਹੁਣ ਮੁਕਾਬਲਾ ਬਰਾਬਰ ਦਾ ਹੋਣਾ ਸੀ। ਸਿਪਾਹੀ ਵੀ ਲੜਾਈ ਲਈ ਕਾਲੇ ਪੈ ਰਹੇ ਸਨ। ਬ੍ਰਿਗੇਡੀਅਰ ਵੀਲਰ ਦੀ ਥਾਂ ਹਿਕਸ ਬੋਲਟਨ ਨੂੰ ਬ੍ਰਿਗੇਡੀਅਰ ਬਣਾ ਦਿੱਤਾ ਗਿਆ। ਹੋਰ ਵੀ ਤਬਦੀਲੀਆਂ ਕਰ ਦਿੱਤੀਆਂ ਗਈਆਂ। ਹਮਲਾ ਕਰਨ ਦਾ ਸਾਰਾ ਨਕਸ਼ਾ ਹਿਉ ਗਫ ਨੇ ਗਵਰਨਰ ਜਨਰਲ ਹਾਰਡਿੰਗ ਦੇ ਸਾਹਮਣੇ ਰੱਖਦਿਆਂ ਕਿਹਾ, ਸਰ ਅਸੀਂ ਹਮਲਾ ਕਰਨ ਦੀ ਤਿਆਰੀ ਕਰ ਲਈਏ, ਇੱਕ ਵਾਰ ਸਾਡੀ ਪਲਾਨ 'ਤੇ ਨਜ਼ਰ ਮਾਰ ਲਓ। ਨਹੀਂ ਕਮਾਂਡਰ, ਹਾਲੇ ਕੋਈ ਹਮਲਾ ਨਹੀਂ ਹੋਵੇਗਾ। ਗਵਰਨਰ ਜਨਰਲ ਜੋ ਇੱਕ ਇਸ ਵੇਲੇ ਕਮਾਂਡਰ ਇਨ ਚੀਫ ਦਾ ਮਹੱਤਵ ਸੀ ਬੋਲਿਆ। ਹਿਉ ਗਫ ਨੇ ਪੁੱਛਿਆ, ਕਿਉਂ ਨਹੀਂ ਹੋਵੇਗਾ? ਹਿਉ ਗਫ ਗੁੱਸੇ ਵਿੱਚ ਸੀ, ਕਿਉਂਕਿ ਉਹ ਕਮਾਂਡਰ ਇਨ ਚੀਫ ਸੀ ਅਤੇ ਕਿਸੇ ਦਾ ਹੱਕ ਨਹੀਂ ਸੀ ਉਸਦੀ ਗੱਲ ਨੂੰ ਰੱਦ ਕਰਨਾ। ਪਰ ਉਹ ਸੋਚਣ ਲੱਗਿਆ ਕਿ ਲਾਰਡ ਹਾਰਡਿੰਗ ਦੇ ਅੰਦਰ ਇਸ ਵੇਲੇ ਇੱਕ ਫੌਜੀ ਨਹੀਂ ਗਵਰਨਰ ਜਨਰਲ ਬੋਲ ਰਿਹਾ ਸੀ। ਉਸਨੂੰ ਇਹ ਗੱਲ ਵੀ ਤੈਸ਼ ਵਿੱਚ ਲਿਆ ਰਹੀ ਸੀ ਕਿ ਕੱਲ੍ਹ ਤੱਕ ਉਹ ਉਸਦੀ ਮੋਰਚਾਬੰਦੀ ਦੀ ਤਾਰੀਫ ਕਰ ਰਿਹਾ ਸੀ ਅਤੇ ਹੁਣ ਉਸਦਾ ਕਹਿਣਾ ਮੰਨਣ ਤੋਂ ਵੀ ਇਨਕਾਰੀ ਹੋ ਰਿਹਾ ਸੀ। ਉਸਨੇ ਗੁੱਸੇ ਨੂੰ ਕਾਬੂ ਵਿੱਚ ਰੱਖਦਿਆਂ ਇੱਕ ਵਾਰ ਫਿਰ ਆਪਣਾ ਸਵਾਲ ਦੁਹਰਾਇਆ। ਲਾਰਡ ਹਾਰਡਿੰਗ ਆਖਣ ਲੱਗਿਆ, ਹਾਲੇ ਸਾਨੂੰ ਹੋਰ ਫੌਜ ਦੀ ਲੋੜ ਏ। ਤੁਹਾਨੂੰ ਪਤਾ ਏ ਕਿ ਫਿਰੋਜ਼ਪੁਰ ਤੋਂ ਜਨਰਲ ਲਿਟਰਲ ਦੀ ਫੌਜ ਤੁਰੀ ਹੋਈ ਏ, ਉਸ ਨੂੰ ਵੀ ਆ ਲੈਣ ਦਿਓ। ਉਸ 7000 ਦੀ ਨਫ਼ਰੀ ਦੀ ਸਾਨੂੰ ਲੋੜ ਏ, ਅਸੀਂ ਫਿਰ ਹਮਲਾ ਕਰਾਂਗੇ। ਪਰ ਜਦ ਤੱਕ ਖਾਲਸਾ ਫੌਜ ਪੈਰ ਜਮਾ ਚੁੱਕੀ ਹੋਵੇਗੀ ਅਤੇ ਲਿਟਰਲ ਦੀ ਫੌਜ ਪੁੱਜਦਿਆਂ ਦਿਨ ਢਲ ਜਾਵੇਗਾ। ਤੁਹਾਨੂੰ ਪਤਾ ਏ ਕਿ ਅੱਜ 21 ਦਸੰਬਰ ਏ, ਸਾਲ ਦਾ ਸਭ ਤੋਂ ਛੋਟਾ ਦਿਨ। ਮੁਦਕੀ ਵਾਂਗ ਸਾਨੂੰ ਰਾਤ ਨੂੰ ਲੜਾਈ ਕਰਨੀ ਪਵੇਗੀ ਅਤੇ ਰਾਤ ਦੀ ਲੜਾਈ ਵਿੱਚ ਮੁਦਕੀ ਵਾਂਗ ਹੀ ਸਾਡਾ ਜਾਨੀ ਨੁਕਸਾਨ ਜ਼ਿਆਦਾ ਹੋ ਜਾਵੇਗਾ, ਗੱਫ ਨੇ ਕਿਹਾ। ਪਰ ਲਾਰਡ ਆਪਣੀ ਗੱਲ 'ਤੇ ਅੜਿਆ ਰਿਹਾ। ਕਾਫ਼ੀ ਦੇਰ ਬਹਿਸ ਚੱਲਦੀ ਰਹੀ, ਪਰ ਅੰਤ ਗੱਫ ਨੂੰ ਮੰਨਣਾ ਹੀ ਪਿਆ। ਗੱਫ ਦੇ ਸੁਭਾਅ ਵਿੱਚ ਕਾਹਲ ਤਾਂ ਸੀ, ਪਰ ਕਈ ਵਾਰ ਉਹ ਗੱਲ ਨੂੰ ਸੋਚ ਵਿਚਾਰ ਵੀ ਲੈਂਦਾ ਸੀ। ਵੈਸੇ ਇਹ ਪਹਿਲੀ ਵਾਰ ਹੋ ਰਿਹਾ ਸੀ ਕਿ ਇੱਕ ਗਵਰਨਰ ਜਨਰਲ ਕਮਾਂਡਰ ਇਨ ਚੀਫ ਦੀ ਕਿਸੇ ਤਜਵੀਜ਼ ਨੂੰ ਰੱਦ ਕਰ ਰਿਹਾ ਹੋਵੇ। ਸਵੇਰੇ ਉੱਠ ਕੇ ਗੱਫ ਦੂਰਬੀਨ ਰਾਹੀਂ ਸਿੱਖਾਂ ਦੀ ਤਿਆਰੀ ਦੇਖ ਦੇਖ ਕੇ ਖਿਝੀ ਜਾ ਰਿਹਾ ਸੀ।
ਉਸਨੇ ਫੌਜ ਨੂੰ ਜਰਾ ਕੁ ਢਿੱਲ ਦੇ ਦਿੱਤੀ ਤੇ ਸੈਨਿਕਾਂ ਨੇ ਰੱਜ ਕੇ ਖਾਣਾ ਖਾਧਾ। ਆਪਣੇ ਜਾਨਵਰਾਂ ਨੂੰ ਵੀ ਚਾਰਾ ਪਾਇਆ। ਦੁਪਹਿਰੋਂ ਬਾਅਦ ਲਿਟਰਲ ਆਪਣੀ ਫੌਜ ਲੈ ਕੇ ਪੁੱਜ ਗਿਆ। ਸਿੱਖਾਂ ਦੀ ਮੋਰਚਾ ਬੰਦੀ ਦੇ ਸਾਹਮਣੇ ਅੰਗਰੇਜ਼ ਫੌਜ ਖੜੀ ਸੀ। ਸਿੱਖਾਂ ਦੀ ਮੋਰਚਾ ਬੰਦੀ ਬਹੁਤ ਮਜ਼ਬੂਤ ਸੀ। ਕਈ ਦਿਨ ਦੀ ਤਿਆਰੀ ਕਾਰਨ ਪੱਕੀ ਜਿਉਂ ਸੀ। ਸਭ ਤੋਂ ਮੋਹਰੇ ਦੀਵਾਨ ਅਯੁੱਧਿਆ ਪ੍ਰਸ਼ਾਦ ਦੀ ਬ੍ਰਿਗੇਡ ਸੀ। ਜੇ ਸਿੱਖ ਫੌਜ ਗੋਲੇ ਦਾਇਰੇ ਵਿੱਚ ਤਾਇਨਾਤ ਸੀ ਤਾਂ ਅੰਗਰੇਜ਼ ਫੌਜ ਅੱਧੇ ਚੰਦ ਦੀ ਸ਼ਕਲ ਵਿੱਚ ਖੜੀ ਸੀ। ਫੇਰੂ ਸ਼ਹਿਰ ਤੋਂ ਇੱਕ ਰਾਹ ਮੁਦਕੀ ਨੂੰ ਜਾਂਦਾ ਸੀ, ਇੱਕ ਰਾਹ ਲੁਧਿਆਣੇ ਨੂੰ ਤੇ ਇੱਕ ਫਿਰੋਜ਼ਪੁਰ ਨੂੰ। ਅੰਗਰੇਜ਼ਾਂ ਨੇ ਤਿੰਨੋਂ ਰਾਹਾਂ ਉੱਪਰ ਮੋਰਚਾਬੰਦੀ ਕਰ ਲਈ। ਫਿਰੋਜ਼ਪੁਰ ਵਾਲੇ ਰਾਹ ਵੱਲ ਖੱਬੇ ਪਾਸੇ ਬ੍ਰਿਗੇਡੀਅਰ ਰੀਡ ਤੇ ਬ੍ਰਿਗੇਡੀਅਰ ਐਸ਼ਬਰਨਹੈਮ ਤਾਇਨਾਤ ਸਨ। ਉਹਨਾਂ ਦੇ ਮਗਰ ਮੇਜਰ ਜਨਰਲ ਲਿਟਰਲ। ਇਹਨਾਂ ਦੇ ਪਿੱਛੇ ਹੈਰੀਅਟ ਤੇ ਜੇ ਬੀ ਗਫ ਦੀ ਕੈਵਲਰੀ ਸੀ। ਜੇ ਬੀ ਗਫ ਕਮਾਂਡਰ ਇਨ ਚੀਫ ਹਿਓ ਗਫ ਦਾ ਭਤੀਜਾ ਹੀ ਸੀ। ਲੁਧਿਆਣੇ ਵੱਲ ਦੇ ਰਾਹ ਤੇ ਸੱਜੇ ਪਾਸੇ ਬ੍ਰਿਗੇਡੀਅਰ ਟੇਲਰ ਤੇ ਖੱਬੇ ਪਾਸੇ ਬ੍ਰਿਗੇਡੀਅਰ ਮੈਕਲਾਰੇਨ ਸਨ। ਉਹਨਾਂ ਦੇ ਮਗਰ ਮੇਜਰ ਜਨਰਲ ਸਰ ਵਾਲਸ ਗਿਲਬਰਟ ਸੀ ਤੇ ਉਸਦੇ ਮਗਰ ਬ੍ਰਿਗੇਡੀਅਰ ਵਾਈਟ ਦੀ ਕੈਵਲਰੀ। ਮੇਜਰ ਜਨਰਲ ਨਿਊਟਨ ਵਾਲਸ ਵਿਚਕਾਰ ਆਪਣੇ ਤੋਪਖਾਨੇ ਨਾਲ ਤਾਇਨਾਤ ਸੀ ਤੇ ਉਹਨਾਂ ਦੇ ਪਿੱਛੇ ਗਵਰਨਰ ਜਨਰਲ ਲਾਰਡ ਹੈਨਰੀ ਹਾਰਡਿੰਗ ਤੇ ਨਾਲ ਹੀ ਕਮਾਂਡਰ ਇਨ ਚੀਫ ਹਿਓ ਗਫ ਦਾ ਕੈਂਪ ਸੀ। ਬਿਲਕੁਲ ਪਿੱਛੇ ਖੱਬੇ ਪਾਸੇ ਰਾਈਨ ਤੇ ਸੱਜੇ ਪਾਸੇ ਹਿਕਸ ਆਪਣੀ ਪੈਦਲ ਫੌਜ ਨਾਲ ਤਾਇਨਾਤ ਸਨ। ਦੋਵੇਂ ਫੌਜਾਂ ਆਹਮੋ ਸਾਹਮਣੇ ਤਿਆਰ ਖੜੀਆਂ ਸਨ। ਦੁਪਹਿਰ ਢਲ ਚੁੱਕੀ ਸੀ। ਬੰਦੇ ਨਾਲੋਂ ਲੰਮਾ ਪਰਛਾਵਾਂ ਹੋ ਗਿਆ ਸੀ। ਹਿਓ ਗਫ ਮੁਦਕੀ ਵਾਂਗ ਰਾਤ ਦੀ ਲੜਾਈ ਨਹੀਂ ਸੀ ਲੜਨਾ ਚਾਹੁੰਦਾ। ਹਿਓ ਗਫ ਹਾਰਡਿੰਗ ਦੇ ਨਜ਼ਦੀਕ ਆਇਆ ਤੇ ਬੋਲਿਆ, ਸਰ ਜਾਪਦਾ ਇਹ ਵਾਅਦੇ ਮੁਤਾਬਕ ਤੇਜ ਸਿੰਘ ਆਪਣੀ ਫੌਜ ਲੈ ਕੇ ਅੱਜ ਨਹੀਂ ਆਵੇਗਾ। ਇਹ ਚੰਗੀ ਖਬਰ ਏ, ਜੇ ਉਹ ਕੱਲ੍ਹ ਆਵੇ ਤਾਂ ਠੀਕ ਰਹੇਗਾ, ਜਦ ਤੱਕ ਅਸੀਂ ਜੰਗ ਜਿੱਤ ਚੁੱਕੇ ਹੋਵਾਂਗੇ, ਲਾਰਡ ਹਾਰਡਿੰਗ ਨੇ ਕਿਹਾ ਤੇ ਦੋਵੇਂ ਇੱਕ ਦੂਜੇ ਨੂੰ ਭੇਟ ਭਰੀ ਮੁਸਕਰਾਹਟ ਦੇਣ ਲੱਗੇ। ਜੰਗ ਦਾ ਬਿਗਲ ਵੱਜ ਗਿਆ। ਅੰਗਰੇਜ਼ ਫੌਜ ਝਾੜੀਆਂ ਤੇ ਰੁੱਖਾਂ ਨੂੰ ਛਾਂਟਦੀ ਹੋਈ ਅੱਗੇ ਵਧੀ ਤੇ ਖਾਲਸਾ ਫੌਜ ਤੋਂ ਡੇਢ ਕੁ ਫਰਲਾਂਗ ਉਰੇ ਰੁਕ ਗਈ। ਖਾਲਸਾ ਫੌਜ ਨੇ ਉਸੇ ਵੇਲੇ ਹੀ ਗੋਲੀ ਚਲਾ ਦਿੱਤੀ ਜਿਸ ਵਿੱਚ ਮੇਜਰ ਲੌਕਹਾਰਟ ਮਾਰਿਆ ਗਿਆ। ਉਸ ਗੋਲੀ ਦੇ ਮਗਰ ਹੀ ਖਾਲਸੇ ਨੇ ਆਪਣੀਆਂ ਸਾਰੀਆਂ ਤੋਪਾਂ ਨਾਲ ਹਮਲਾ ਕਰ ਦਿੱਤਾ। ਅੰਗਰੇਜ਼ ਫੌਜ ਵਿੱਚ ਇੱਕਦਮ ਹੀ ਭਗਦੜ ਮੱਚ ਗਈ। ਮੇਜਰ ਜਨਰਲ ਲਿਟਰਲ ਆਪਣੀ ਆਰਟਿਲਰੀ ਲੈ ਕੇ ਅੱਗੇ ਵਧਿਆ ਤੇ ਨਾਲ ਹੀ ਕਰਨਲ ਹੈਥਵੇਟ ਆਪਣੀਆਂ ਸਵਾਰੀ ਤੋਪਾਂ ਲੈ ਕੇ ਅੱਗੇ ਵਧਣ ਲੱਗਿਆ। ਉਸਦਾ ਨੁਕਸਾਨ ਹੋ ਰਿਹਾ ਸੀ, ਪਰ ਉਹ ਤਦ ਤੱਕ ਵੱਧਦੇ ਗਏ ਜਦ ਤੱਕ ਖਾਲਸਿਆਂ ਦੀ ਆਰਟਿਲਰੀ ਦੇ ਬਿਲਕੁਲ ਨਜ਼ਦੀਕ ਨਹੀਂ ਪੁੱਜ ਗਏ। ਉੱਥੇ ਘਮਸਾਣ ਦਾ ਯੁੱਧ ਹੋਣ ਲੱਗਿਆ। ਬਾਕੀ ਦੇ ਅੰਗਰੇਜ਼ ਟੁਕੜਿਆਂ ਵਿੱਚ ਵੰਡ ਹੋ ਕੇ ਖਾਲਸਿਆਂ ਦੇ ਮੋਰਚਿਆਂ ਵਿੱਚ ਵੜ ਗਏ, ਪਰ ਬਹੁਤ ਸਾਰੇ ਭੁੰਨੇ ਵੀ ਗਏ। 8ਵੀਂ ਪੈਦਲ ਡਿਵੀਜ਼ਨ ਦਾ ਕੁਝ ਪਲਾਂ ਵਿੱਚ ਹੀ ਲੋੜੇ ਦਾ ਨੁਕਸਾਨ ਹੋ ਗਿਆ। 23 ਅਫਸਰਾਂ ਵਿੱਚੋਂ 17 ਮਾਰੇ ਗਏ ਤੇ 250 ਜਵਾਨ ਨਕਾਰਾ ਹੋ ਗਏ। ਇਸ ਦੇ ਮੁਕਾਬਲੇ ਖਾਲਸਾ ਫੌਜ ਦਾ ਨੁਕਸਾਨ ਘੱਟ ਹੋਇਆ ਸੀ। ਐਬਰਸ਼ਮ ਨੇ ਆਪਣੀ ਬ੍ਰਿਗੇਡ ਨੂੰ ਅੱਗੇ ਵਧਣ ਦਾ ਹੁਕਮ ਦਿੱਤਾ, ਪਰ ਉਸਦੀਆਂ 3 ਮੁੱਖ ਬਟਾਲੀਅਨਾਂ ਕੁਝ ਨਾ ਕਰ ਸਕੀਆਂ। ਥੋੜ੍ਹੇ ਚਿਰ ਦੀ ਲੜਾਈ ਵਿੱਚ ਹੀ ਸਿਪਾਹੀ ਬੌਂਦਲ ਗਏ ਤੇ ਨਜ਼ਦੀਕ ਦੇ ਇੱਕ ਖੂਹ ਤੇ ਪਾਣੀ ਪੀਣ ਜਾ ਲੱਗੇ। ਇਹਨਾਂ ਬਟਾਲੀਅਨਾਂ ਦੇ ਇੱਕ ਤਿਹਾਈ ਜਵਾਨ ਮਾਰੇ ਗਏ।
ਜਿਸ ਪਾਸਿਓਂ ਲਿਟਰਲ ਦੀ ਫੌਜ ਹਮਲਾ ਕਰ ਰਹੀ ਸੀ ਉਧਰੋਂ ਪਿਸਤੌਲ ਚੱਲਣ ਦੀ ਆਵਾਜ਼ ਆਉਣੀ ਸ਼ੁਰੂ ਹੋ ਗਈ। ਇਸ ਦਾ ਮਤਲਬ ਬਹੁਤ ਨੇੜਲੀ ਲੜਾਈ ਹੋ ਰਹੀ ਸੀ। ਪਿਸਤੌਲਾਂ ਦੀ ਲੜਾਈ ਆਖਰੀ ਲੜਾਈ ਹੁੰਦੀ ਸੀ। ਬਰੂਦ ਭਰਨ ਨੂੰ ਵਕਤ ਲੱਗਣ ਕਾਰਨ ਇਹ ਲੜਾਈ ਬਹੁਤੀ ਕਾਰਗਰ ਨਹੀਂ ਹੁੰਦੀ। ਅੰਗਰੇਜ਼ਾਂ ਦੇ ਹੌਸਲੇ ਡਿੱਗਣ ਲੱਗੇ। ਹਿਊ ਕਫ ਨੇ ਉੱਚੀ ਆਵਾਜ਼ ਵਿੱਚ ਸਭ ਨੂੰ ਹੌਸਲਾ ਦਿੰਦਿਆਂ ਹੋਰ ਫੌਜ ਲਿਟਰਲ ਦੀ ਮਦਦ ਲਈ ਅੱਗੇ ਭੇਜੀ। ਇਸ ਹਮਲੇ ਵਿੱਚ ਬਰੁੱਕ ਦੀ ਡਿਵੀਜ਼ਨ ਕੁਝ ਕਾਮਯਾਬ ਹੋ ਰਹੀ ਸੀ, ਪਰ ਉਸਦੇ ਮੇਜਰ ਨੂੰ ਵੀ ਗੋਲੀ ਲੱਗ ਗਈ। ਖਾਲਸੇ ਵੱਲੋਂ ਲਗਾਤਾਰ ਅੱਲਾਹੁ ਅਕਬਰ ਅਤੇ ਬੋਲੇ ਸੋ ਨਿਹਾਲ ਦੇ ਨਾਰਿਆਂ ਤੋਂ ਉਹਨਾਂ ਦੇ ਹੌਸਲਿਆਂ ਦਾ ਪਤਾ ਚੱਲਦਾ ਸੀ। ਉਹਨਾਂ ਦੇ ਧੌਂਸੇ ਅਤੇ ਨਗਾਰਿਆਂ ਦਾ ਸ਼ੋਰ ਹੋਰ ਉੱਚਾ ਹੋ ਰਿਹਾ ਸੀ। ਮੁਦਕੀ ਦੀ ਲੜਾਈ ਵਿੱਚ ਅੰਗਰੇਜ਼ਾਂ ਨੇ ਸਿੱਖਾਂ ਦੇ ਤੋਪਖਾਨੇ ਉੱਪਰ ਕਬਜ਼ਾ ਕਰ ਲਿਆ ਸੀ, ਪਰ ਹੁਣ ਇੱਥੇ ਖਾਲਸਾ ਫੌਜ ਨੇ ਤੋਪਖਾਨੇ ਤੱਕ ਪੁੱਜਣ ਦੇ ਰਾਹ ਵਿੱਚ ਮਾਈਨਸ ਵਿਛਾ ਦਿੱਤੀਆਂ ਸਨ, ਜੋ ਕਿ ਜੋ ਵੀ ਆਵੇ ਉੱਡਦਾ ਜਾਵੇ ਇਸ ਲਈ ਸਨ। ਅੰਗਰੇਜ਼ ਇੱਕ ਵਾਰ ਫਿਰ ਤੋਪਾਂ ਵੱਲ ਜਾਣ ਲੱਗੇ। ਉਹਨਾਂ ਦਾ ਬਹੁਤ ਨੁਕਸਾਨ ਹੋਇਆ, ਪਰ ਉਹ ਕਿਸੇ ਨਾ ਕਿਸੇ ਤਰ੍ਹਾਂ ਤੋਪਖਾਨੇ ਤੱਕ ਪੁੱਜ ਗਏ। ਉਹ ਬਰੂਦ ਭਰਦੇ ਗੰਨਰਾਂ ਨੂੰ ਰੋਕਣ ਲੱਗੇ। ਗੰਨਰ ਅੱਗਿਓਂ ਡਟਵਾਂ ਮੁਕਾਬਲਾ ਕਰ ਰਹੇ ਸਨ, ਪਰ ਅੰਗਰੇਜ਼ਾਂ ਨੇ ਇੱਕ ਵਾਰ ਫਿਰ ਗੰਨਰਾਂ ਨੂੰ ਦਬਾ ਲਿਆ। ਇੱਥੋਂ ਹੀ ਖਾਲਸਾ ਫੌਜ ਦੀ ਪੈਦਲ ਡਿਵੀਜ਼ਨ ਨੇ ਹਮਲਾ ਕਰ ਦਿੱਤਾ। ਗੰਨਰਾਂ ਨੂੰ ਦਬਾਉਣ ਆਏ ਅੰਗਰੇਜ਼ਾਂ ਦੇ ਸਾਰੇ ਸਿਪਾਹੀ ਮਾਰ ਦਿੱਤੇ। ਇੰਨੇ ਚਿਰ ਤੱਕ ਅੰਗਰੇਜ਼ਾਂ ਦੀ ਹੋਰ ਫੌਜ ਪੁੱਜ ਗਈ। ਸਿੱਖਾਂ ਨੇ ਪਿਸਤੌਲ ਕੱਢ ਲਏ। ਮੁਦਕੀ ਵਿੱਚ ਵੀ ਇਵੇਂ ਹੀ ਹੋਈ ਸੀ। ਪਿਸਤੌਲਾਂ ਤੋਂ ਬਾਅਦ ਤਲਵਾਰਾਂ ਨਾਲ ਲੜਾਈ ਹੁੰਦੀ, ਜਿਸ ਵਿੱਚ ਅੰਗਰੇਜ਼ਾਂ ਦਾ ਲਾਭ ਹੋ ਜਾਂਦਾ। ਗਿਲਬਰਟ ਦੀ ਡਿਵੀਜ਼ਨ ਸਿੱਖਾਂ ਉੱਪਰ ਭਾਰੀ ਪੈਣ ਲੱਗੀ। ਵਾਈਟ ਦੀ ਤੀਜੀ ਲਾਈਟ ਡਰੈਗਨ ਵੀ ਇੱਕ ਪਾਸਿਓਂ ਸਿੱਖਾਂ ਦੇ ਰਸਾਲਿਆਂ ਵਿੱਚ ਜਾ ਵੜੀ। ਇਸ ਪਾਸੇ ਤੋਂ ਸਿੱਖ ਘੋੜ ਸਵਾਰ ਹਾਰ ਗਏ। ਇਸ ਤੋਂ ਬਾਅਦ ਤੀਜੀ ਡਰੈਗਨ ਦੂਜੇ ਪਾਸੇ ਦੀ ਮੋਰਚਾਬੰਦੀ ਉੱਪਰ ਹਮਲਾ ਕਰਨ ਲੱਗੀ, ਪਰ ਜਵਾਬੀ ਹਮਲਾ ਅਜਿਹਾ ਹੋਇਆ ਕਿ ਉਹਨਾਂ ਤੋਂ ਜ਼ਖਮੀ ਵੀ ਨਹੀਂ ਚੁੱਕੇ ਹੋਏ। ਇੱਕੋ ਸਮੇਂ ਕਈ ਮੋਰਚਿਆਂ 'ਤੇ ਲੜਾਈ ਹੋ ਰਹੀ ਸੀ। ਕਰਨਲ ਟੇਲਰ ਮਾਰਿਆ ਗਿਆ ਅਤੇ ਨਾਲ ਹੀ ਕਈ ਹੋਰ ਅਫਸਰ ਵੀ। ਕੁਝ ਮੋਰਚਿਆਂ ਤੋਂ ਅੰਗਰੇਜ਼ ਪਿੱਛੇ ਹਟਣ ਲੱਗੇ। ਹੈਰੀ ਸਮਿਥ ਆਪਣੀ ਫੌਜ ਲੈ ਕੇ ਅੱਗੇ ਵਧਿਆ ਤਾਂ ਵਾਪਸ ਦੌੜ ਰਹੇ ਫੌਜੀ ਉਸਨੂੰ ਮਿਲੇ। ਉਸਨੇ ਉਹਨਾਂ ਨੂੰ ਪ੍ਰੇਰ ਕੇ ਵਾਪਸ ਯੁੱਧ ਵੱਲ ਦੁਬਾਰਾ ਤੋਰ ਲਿਆ। ਖਾਲਸੇ ਵੱਲੋਂ ਦੀਵਾਨ ਅਯੁੱਧਿਆ ਪ੍ਰਸ਼ਾਦ ਦੀ ਫੌਜ ਇਹ ਖਾਸ ਆ ਰਹੀ ਸੀ। ਮੇਜਰ ਬ੍ਰੌਡਫੁੱਟ ਆਪਣੇ ਘੋੜੇ 'ਤੇ ਚੜ੍ਹ ਕੇ ਹੈਰੀ ਸਮਿਥ ਨੂੰ ਖਾਲਸੇ ਦੀ ਆ ਰਹੀ ਬਟਾਲੀਅਨ ਬਾਰੇ ਦੱਸਣ ਗਿਆ, ਪਰ ਚਾਰੇ ਪਾਸੇ ਧੂੜ ਅਤੇ ਧੂੰਆਂ ਸੀ। ਸ਼ਾਮ ਵੀ ਹੋ ਰਹੀ ਸੀ। ਅੰਗਰੇਜ਼ਾਂ ਨੂੰ ਸਿੱਖ ਸਿਪਾਹੀ ਦਿਸ ਹੀ ਨਹੀਂ ਸਨ ਰਹੇ। ਅੰਗਰੇਜ਼ਾਂ ਦਾ ਝੰਡਾ ਚੁੱਕਣ ਵਾਲੇ ਕਈ ਸਿਪਾਹੀ ਮਾਰੇ ਜਾ ਚੁੱਕੇ ਸਨ। ਝੰਡਾ ਚੁੱਕਣ ਵਾਲਾ ਮਰਦਾ ਤਾਂ ਉਸਦੇ ਮਗਰਲਾ ਸਿਪਾਹੀ ਝੰਡੇ ਨੂੰ ਲੈ ਕੇ ਅੱਗੇ ਤੁਰਨ ਲੱਗਦਾ। ਇਸ ਗੋਲਾਬਾਰੀ ਵਿੱਚ ਅੰਗਰੇਜ਼ਾਂ ਦਾ ਸਭ ਤੋਂ ਚਰਚਿਤ ਮੇਜਰ ਬ੍ਰੌਡਫੁੱਟ ਮਾਰਿਆ ਗਿਆ, ਜਿਸ ਦਾ ਲਾਹੌਰ ਦੇ ਬਹੁਤ ਸਾਰੇ ਅਮੀਰਾਂ ਅਤੇ ਸਰਦਾਰਾਂ ਸਮੇਤ ਰਾਜਾ ਗੁਲਾਬ ਸਿੰਘ ਦੇ ਨਾਲ ਲੈਣ ਦੇਣ ਵੀ ਚੱਲ ਰਿਹਾ ਸੀ। ਅਚਾਨਕ ਸਿੱਖਾਂ ਦੇ ਮੈਗਜ਼ੀਨ ਸੈਕਸ਼ਨ ਵਿੱਚ ਅੱਗ ਲੱਗ ਗਈ, ਜਿਸ ਨਾਲ ਉਹਨਾਂ ਦਾ ਬਹੁਤ ਨੁਕਸਾਨ ਹੋ ਗਿਆ, ਪਰ ਫਿਰ ਵੀ ਉਹਨਾਂ ਦਾ ਹੱਥ ਕੁਝ ਕੁ ਉੱਪਰ ਜਾ ਰਿਹਾ ਸੀ। ਅੰਗਰੇਜ਼ ਫੌਜ ਟੁਕੜੀਆਂ ਵਿੱਚ ਖਿੰਡਰ ਗਈ ਸੀ। ਮੇਜਰ ਜੇ ਬੀ ਗਫ ਹੈਰੀ ਸਮਿਥ ਨਾਲ ਆ ਰਲਿਆ। ਹੁਣ ਉਹਨਾਂ ਕੋਲ 3000 ਦੇ ਕਰੀਬ ਸਿਪਾਹੀ ਸਨ, ਜੋ ਕਿ ਹਮਲੇ ਲਈ ਵੱਡੀ ਨਫ਼ਰੀ ਸੀ।
ਉਹਨਾਂ ਨੇ ਹਮਲਾ ਕੀਤਾ। ਇੱਥੇ ਸਿੱਖ ਆਪਣੇ ਮੋਰਚਿਆਂ ਵਿੱਚ ਲੜਦੇ ਰਹੇ, ਗਿਣਤੀ ਵਿੱਚ ਘੱਟ ਸਨ, ਪਰ ਉਹਨਾਂ ਨੇ ਹਾਰ ਨਾ ਮੰਨੀ ਤੇ ਡਰਦੇ ਰਹੇ। ਅੰਗਰੇਜ਼ਾਂ ਦੀ ਪਕੜ ਢਿੱਲੀ ਪੈਣ ਲੱਗੀ। ਹੈਰੀ ਸਮਿਥ ਨੇ ਸਿੱਖਾਂ ਦੀ ਘੇਰਾਬੰਦੀ ਕਰ ਲਈ ਤੇ ਆਪਣਾ ਘੇਰਾ ਛੋਟਾ ਕਰਦਾ ਕਰਦਾ ਅੱਗੇ ਵਧਣ ਲੱਗਿਆ। ਪਿੱਛਿਓਂ ਸਿੱਖ ਤੋਪਾਂ ਨੇ ਅਜਿਹੀ ਗੋਲਾਬਾਰੀ ਕੀਤੀ ਕਿ ਹੈਰੀ ਸਮਿਥ ਨੂੰ ਭਾਜਣਾ ਪੈ ਗਿਆ। ਉਸਨੇ ਹਮਲਾ ਜਾਰੀ ਰੱਖਣ ਦਾ ਵਿਖਾਵਾ ਕਰਦਿਆਂ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ। ਕਮਾਂਡਰ ਇਨ ਚੀਫ ਯੋਗਾਫ ਸਮਝ ਗਿਆ ਕਿ ਅੰਗਰੇਜ਼ ਹਾਰ ਰਹੇ ਹਨ, ਭਾਵੇਂ ਉਹਨਾਂ ਨੇ ਸਿੱਖਾਂ ਦੇ ਕਈ ਮੋਰਚਿਆਂ ਉੱਪਰ ਕਬਜ਼ਾ ਕਰ ਲਿਆ ਹੋਇਆ ਸੀ। ਹੁਣ ਹਨੇਰਾ ਵੀ ਵਧਣ ਲੱਗਿਆ ਸੀ। ਉਸਨੇ ਆਪਣੀ ਫੌਜ ਅੰਦਰਲੀ ਘਬਰਾਹਟ ਵੀ ਭਾਂਪ ਲਈ ਸੀ। ਉਸ ਲਈ ਇੱਕ ਡਰ ਇਹ ਵੀ ਪੈਦਾ ਹੋ ਗਿਆ ਕਿ ਕਿਧਰੇ ਉਸਦੇ ਸੈਨਿਕ ਬੇਦਿਲ ਹੋ ਕੇ ਇੱਕ ਦੂਜੇ ਨੂੰ ਹੀ ਮਾਰਨ ਨਾ ਲੱਗ ਪੈਣ। ਉਸਨੇ ਬਿਗਲ ਵਜਵਾ ਕੇ ਫੌਜ ਨੂੰ ਪਿੱਛੇ ਬੁਲਵਾ ਲਿਆ। ਇੱਕ ਪਾਸੇ ਯੂਰੋਪੀਅਨ ਲਾਈਟ ਇਨਫੈਂਟਰੀ ਹਾਲੇ ਵੀ ਲੜ ਰਹੀ ਸੀ, ਪਰ ਉਸਦੇ ਜਵਾਨ ਇੰਨੇ ਪਿਆਸੇ ਸਨ ਕਿ ਇੱਕ ਖੂਹ ਦਿਸਿਆ ਤਾਂ ਵਰਦੀ ਗੋਲੀ ਵਿੱਚ ਹੀ ਪਾਣੀ ਪੀਣ ਜਾ ਲੱਗੇ। ਪਾਣੀ ਪੀਂਦੇ ਹੀ ਬਹੁਤ ਸਾਰੇ ਫੌਜੀ ਮਾਰੇ ਗਏ। ਲੈਫਟੀਨੈਂਟ ਗ੍ਰੇਵਿਲ ਨੇ ਨੇੜੇ ਪੈਂਦੇ ਇੱਕ ਪਿੰਡ ਉੱਪਰ ਕਬਜ਼ਾ ਕਰ ਲਿਆ ਜਿਸਦਾ ਕੋਈ ਵੀ ਫੌਜੀ ਮਹੱਤਵ ਨਹੀਂ ਸੀ। ਯੋਗਫ ਨੇ ਸਾਰੀ ਫੌਜ ਨੂੰ ਹੀ ਆਰਾਮ ਕਰਨ ਦਾ ਹੁਕਮ ਦੇ ਦਿੱਤਾ ਤੇ ਫੌਜ ਲੜਾਈ ਤੋਂ ਪਹਿਲਾਂ ਵਾਲੀ ਜਗ੍ਹਾ ਵਾਪਸ ਆ ਗਈ। ਸਿੱਖਾਂ ਨੇ ਕਾਹਲੀ ਨਾਲ ਦੁਆਏ ਹੋਏ ਮੋਰਚਿਆਂ ਉੱਪਰ ਮੁੜ ਕੇ ਕਬਜ਼ਾ ਕਰ ਲਿਆ। ਦੋਨਾਂ ਧਿਰਾਂ ਦੀ ਬਹੁਤ ਤਬਾਹੀ ਹੋਈ, ਪਰ ਇੰਨੀ ਤਬਾਹੀ ਦਾ ਕੋਈ ਨਤੀਜਾ ਨਾ ਨਿਕਲਿਆ। ਦੋਵੇਂ ਫੌਜਾਂ ਆਪੋ ਆਪਣੇ ਸਵੇਰ ਵਾਲੇ ਟਿਕਾਣਿਆਂ ਤੇ ਡਟੀਆਂ ਹੋਈਆਂ ਸਨ। ਅੰਗਰੇਜ਼ਾਂ ਦੇ ਕੈਂਪ ਵਿੱਚ ਮਾਤਮ ਸੀ। ਇਹ ਪਹਿਲੀ ਵਾਰ ਸੀ ਕਿ ਯੁੱਧ ਦਾ ਕੋਈ ਨਤੀਜਾ ਨਾ ਨਿਕਲਿਆ ਹੋਵੇ। ਗਫ ਨੂੰ ਇਹ ਆਪਣੀ ਹਾਰ ਹੀ ਜਾਪ ਰਹੀ ਸੀ। ਉਹ ਆਪਣੇ ਮਹਿਤ ਅਫਸਰ ਹੈਰੀ ਓਕ ਫੀਲਡ ਨੂੰ ਕਹਿਣ ਲੱਗਿਆ, ਆਫਿਸਰ, ਇੱਕ ਘੜੀ ਰੋਸ਼ਨੀ ਹੋਰ ਮਿਲ ਜਾਂਦੀ ਤਾਂ ਜਿੱਤ ਸਾਡੀ ਹੁੰਦੀ। ਸਰ ਬਿਲਕੁਲ ਠੀਕ ਕਿਹਾ ਤੁਸੀਂ, ਅਫਸਰ ਨੇ ਜਵਾਬ ਦਿੱਤਾ, ਪਰ ਦੋਨਾਂ ਨੂੰ ਹੀ ਪਤਾ ਸੀ ਕਿ ਉਹ ਝੂਠ ਬੋਲ ਰਹੇ ਹਨ। ਯੋਗਫ ਨੂੰ ਗਵਰਨਰ ਜਨਰਲ ਉੱਪਰ ਗੁੱਸਾ ਵੀ ਆ ਰਿਹਾ ਸੀ ਕਿ ਉਸ ਨੇ ਉਸਦੀ ਗੱਲ ਕਿਉਂ ਨਹੀਂ ਮੰਨੀ। ਜੇ ਲਿਟਰਲ ਦੀ ਉਡੀਕ ਕੀਤੇ ਬਿਨਾਂ ਹੀ ਹਮਲਾ ਕਰ ਦਿੱਤਾ ਜਾਂਦਾ ਤਾਂ ਸ਼ਾਇਦ ਉਹਨਾਂ ਦਾ ਪੱਲੜਾ ਭਾਰੀ ਰਹਿੰਦਾ। ਗਵਰਨਰ ਜਨਰਲ ਵੀ ਨਮੋਸ਼ੀ ਜਿਹੀ ਵਿੱਚ ਸੀ। ਉਸਨੇ ਵੀ ਇਹ ਨਹੀਂ ਸੀ ਸੋਚਿਆ ਕਿ ਉਹ ਸਿੱਖਾਂ ਨੂੰ ਹਰਾ ਨਹੀਂ ਸਕਣਗੇ। ਐਵੇਂ ਬਰਾਬਰ ਰਹਿਣਾ ਵੀ ਉਹਨਾਂ ਨੂੰ ਹਾਰ ਵਾਂਗ ਹੀ ਲੱਗ ਰਿਹਾ ਸੀ। ਹੈਰੀ ਸਮਿਥ ਆਪਣੇ ਸੈਨਿਕਾਂ ਨਾਲ ਇੱਕ ਪਾਸੇ ਖੜਾ ਸੋਚ ਰਿਹਾ ਸੀ ਕਿ ਰਾਤ ਦੇ ਹਨੇਰੇ ਵਿੱਚ ਹੀ ਸਿੱਖਾਂ ਉੱਪਰ ਹਮਲਾ ਕਰ ਦਿੱਤਾ ਜਾਵੇ। ਨਜ਼ਦੀਕ ਹੀ 62ਵੀਂ ਰੈਜੀਮੈਂਟ ਦੇ ਜਵਾਨ ਅੱਗ ਸੇਕ ਰਹੇ ਸਨ ਤੇ ਉਹਨਾਂ ਨੂੰ ਕੁਝ ਰਮ ਵੀ ਪੀਣ ਲਈ ਮਿਲੀ ਹੋਈ ਸੀ। ਉਹਨਾਂ ਦਾ ਕਮਾਂਡਰ ਹੈਰੀ ਸਮਿਥ ਨੂੰ ਕਹਿਣ ਲੱਗਿਆ, ਮੇਜਰ ਜਨਰਲ, ਚੱਲੋ ਵਾਪਸ ਫਿਰੋਜ਼ਪੁਰ ਚੱਲਦੇ ਹਾਂ। ਇੱਥੇ ਹੁਣ ਮੌਤ ਸਿਵਾਏ ਕੁਝ ਨਹੀਂ। ਦੇਖੋ, ਦੁਸ਼ਮਣ ਦੇ ਕੈਂਪਾਂ ਵਿੱਚ ਜਿੱਤ ਦੇ ਜਸ਼ਨ ਮਨਾਏ ਜਾ ਰਹੇ ਨੇ। ਉਸਨੇ ਖਾਲਸਾ ਫੌਜ ਵੱਲੋਂ ਲਗਾਏ ਜਾ ਰਹੇ ਨਾਰਿਆਂ ਤੇ ਵੱਜ ਰਹੇ ਨਗਾਰਿਆਂ ਵੱਲ ਇਸ਼ਾਰਾ ਕੀਤਾ। ਅੰਗਰੇਜ਼ ਤਾਂ ਡਰਦੇ ਅੱਗ ਵੀ ਨਹੀਂ ਸਨ ਬਾਲ ਰਹੇ ਕਿ ਸਿੱਖਾਂ ਨੂੰ ਹਮਲਾ ਕਰਨ ਲਈ ਨਿਸ਼ਾਨਾ ਨਾ ਮਿਲ ਜਾਵੇ। ਹੈਰੀ ਸਮਿਥ ਨੇ ਗੁੱਸੇ ਵਿੱਚ ਆਉਂਦਿਆਂ ਕਿਹਾ, ਨਹੀਂ ਆਫਿਸਰ, ਕਦੇ ਵੀ ਨਹੀਂ। ਜੋ ਵੀ ਹੋਵੇ, ਜੰਗੇ ਮੈਦਾਨ ਵਿੱਚ ਹੀ ਰਹਾਂਗਾ ਮੈਂ। ਪਰ ਤੁਸੀਂ ਇਹ ਗੱਲ ਕਿਉਂ ਕਹਿ ਰਹੇ ਹੋ? ਕਿਉਂਕਿ ਫੌਜ ਆਪਣੀ ਹਾਰ ਚੁੱਕੀ ਏ, ਮਰਨ ਨਾਲੋਂ ਵਾਪਸ ਫਿਰੋਜ਼ਪੁਰ ਜਾਣਾ ਹੀ ਬਿਹਤਰ ਏ।
ਇਹਨਾਂ ਸਿੱਖਾਂ ਦਾ ਕੀ ਏ, ਇਹ ਤਾਂ ਪਹਿਲਾਂ ਹੀ ਵਿਕੇ ਹੋਏ ਨੇ, ਖਰੀਦ ਲਵਾਂਗੇ ਹੋਰ ਵੱਡੀ ਕੀਮਤ ਦੇ ਦੇਵਾਂਗੇ, ਲੜਾਈ ਵਿੱਚ ਮਰਨ ਦਾ ਕੀ ਫਾਇਦਾ ਏ। ਉਸ ਦੀਆਂ ਗੱਲਾਂ ਨਾਲ ਹੈਰੀ ਸਮਿਥ ਦਾ ਵੀ ਦਿਲ ਬੈਠਣ ਲੱਗਿਆ, ਪਰ ਬਾਹਰੋਂ ਉਹ ਪੂਰੇ ਹੌਸਲੇ ਵਿੱਚ ਦਿਸ ਰਿਹਾ ਸੀ। ਵੈਸੇ ਉਹਨਾਂ ਦਾ ਨੁਕਸਾਨ ਬਹੁਤ ਹੋ ਚੁੱਕਿਆ ਸੀ, ਹੁਣ ਅਸਲਾ ਵੀ ਸਾਂਵਾਂ ਹੀ ਸੀ। ਦੂਜੇ ਪਾਸੇ ਸਿੱਖਾਂ ਦੇ ਹੌਸਲੇ ਵੀ ਬੁਲੰਦ ਸਨ ਅਤੇ ਜਾਪਦਾ ਸੀ ਕਿ ਉਹਨਾਂ ਕੋਲ ਹਾਲੇ ਵੀ ਅਸਲੇ ਦਾ ਬਹੁਤ ਵੱਡਾ ਭੰਡਾਰ ਸੀ। ਬਹੁਤ ਸਾਰੇ ਹੋਰ ਅਫਸਰ ਵੀ ਹਿਊ ਗਫ ਨੂੰ ਇਹੋ ਸਲਾਹਾਂ ਦੇ ਰਹੇ ਸਨ, ਪਰ ਗਫ ਦਾ ਨਾਮ ਬਹੁਤ ਵੱਡਾ ਸੀ। ਉਹ ਆਪਣੇ ਨਾਂ ਨੂੰ ਭੱਜਣ ਦਾ ਦਾਗ ਨਹੀਂ ਸੀ ਲਵਾਉਣਾ ਚਾਹੁੰਦਾ। ਉਸਨੇ ਉਸੇ ਵੇਲੇ ਹੀ ਗਵਰਨਰ ਜਨਰਲ ਨਾਲ ਬੈਠਕ ਕੀਤੀ ਅਤੇ ਕਹਿਣ ਲੱਗਿਆ, ਸਰ ਤੁਸੀਂ ਜਾਣਦੇ ਹੋ ਕਿ ਮੈਂ ਜ਼ਿੰਦਗੀ ਵਿੱਚ ਬਹੁਤ ਕੁਝ ਦੇਖਿਆ ਹੈ, ਪਰ ਨਮੋਸ਼ੀ ਨਹੀਂ ਦੇਖੀ। ਮੈਨੂੰ ਮੈਦਾਨ ਵਿੱਚ ਮਰਨ ਤੋਂ ਡਰ ਨਹੀਂ ਲੱਗਦਾ, ਪਰ ਭੱਜਣ ਦੀ ਨਮੋਸ਼ੀ ਮੈਂ ਨਹੀਂ ਚੱਲ ਸਕਦਾ। ਇਸ ਲਈ ਮੈਂ ਆਖਰੀ ਦਮ ਤੱਕ ਲੜਾਂਗਾ, ਭਾਵੇਂ ਇਕੱਲਾ ਹੀ ਲੜਾਂ। ਮੈਂ ਤੁਹਾਡੇ ਨਾਲ ਸਹਿਮਤ ਹਾਂ ਕਮਾਂਡਰ, ਪਰ ਜਾਪਦਾ ਏ ਕਿ ਸਾਡੀ ਹਾਰ ਟਲ ਏ। ਸਰ ਹੁੰਦੀ ਏ ਤਾਂ ਹੋਵੇ, ਸਦਾ ਜਿੱਤ ਹੀ ਤਾਂ ਨਹੀਂ ਹੁੰਦੀ, ਪਰ ਭੱਜਣ ਵਰਗੀ ਬੁਜ਼ਦਿਲੀ ਨਾਲੋਂ ਹਾਰ ਮਨਜ਼ੂਰ ਏ। ਠੀਕ ਏ, ਇੱਕ ਹੋਰ ਵੀ ਗੱਲ ਏ ਕਿ ਜੇ ਅਸੀਂ ਇਸ ਵੇਲੇ ਹਾਰ ਮੰਨ ਲਈਏ ਤਾਂ ਘੱਟੋ ਘੱਟ ਆਪਣੇ ਜ਼ਖਮੀਆਂ ਨੂੰ ਤਾਂ ਚੁੱਕ ਸਕਾਂਗੇ, ਇੰਨੀ ਠੰਡ ਵਿੱਚ ਤਾਂ ਉਵੇਂ ਹੀ ਨਹੀਂ ਬਚਣਾ ਕਿਸੇ ਨੇ। ਹਾਰਡਿੰਗ ਦੀ ਸਲਾਹ 'ਤੇ ਗੱਫ ਸੋਚਣ ਲੱਗਿਆ। ਹਾਰਡਿੰਗ ਨੇ ਮੇਜਰ ਕਰੀ ਨੂੰ ਬਾਕੀਆਂ ਸਭ ਤੋਂ ਪਰਦੇ ਨਾਲ ਕਿਹਾ, ਮੇਜਰ ਸਾਡੀ ਹਾਰ ਹੁਣ ਸਾਹਮਣੇ ਖੜੀ ਏ, ਤੁਸੀਂ ਜਲਦੀ ਤੋਂ ਜਲਦੀ ਫੌਜ ਦੇ ਸਾਰੇ ਜ਼ਰੂਰੀ ਦਸਤਾਵੇਜ਼ ਜਲਾ ਦੇਵੋ ਤਾਂ ਜੋ ਦੁਸ਼ਮਣ ਦੇ ਹੱਥ ਨਾ ਲੱਗ ਸਕਣ। ਮੇਜਰ ਕਰੀ ਇਸ ਗੱਲ ਨਾਲ ਬਹੁਤ ਘਬਰਾ ਗਿਆ। ਜਦ ਵੱਡਾ ਅਫਸਰ ਹੀ ਇਹ ਗੱਲ ਕਹੇ ਤਾਂ ਛੋਟੇ ਅਫਸਰਾਂ ਦਾ ਦਿਲ ਛੱਡਣਾ ਬਣਦਾ ਹੀ ਸੀ। ਉਸਨੇ ਜ਼ਰਾ ਕੁ ਹੌਸਲਾ ਫੜਿਆ ਅਤੇ ਸੁਝਾਅ ਦਿੰਦਿਆਂ ਕਿਹਾ, ਸਰ ਹਾਲੇ ਹੋਰ ਦੇਖ ਲਈਏ, ਤੁਸੀਂ ਯਕੀਨ ਜਾਣੋ ਕਿ ਮੈਂ ਸਾਰੇ ਦਸਤਾਵੇਜ਼ ਆਪਣੇ ਕਾਬੂ ਵਿੱਚ ਰੱਖਾਂਗਾ ਅਤੇ ਲੋੜ ਪੈਣ 'ਤੇ ਇੱਕਦਮ ਇਹਨਾਂ ਨੂੰ ਅੱਗ ਲਗਾ ਦੇਵਾਂਗਾ, ਦੁਸ਼ਮਣ ਦੇ ਹੱਥ ਵਿੱਚ ਬਿਲਕੁਲ ਨਹੀਂ ਆਉਣ ਦੇਵਾਂਗਾ। ਉਹ ਰਾਤ ਅੰਗਰੇਜ਼ਾਂ ਲਈ ਬਹੁਤ ਭਿਆਨਕ ਸੀ। ਬਾਕੀ ਬਚਦੀ ਫੌਜ ਵਰਦੀ ਵਿੱਚ ਹੀ ਸੁੱਤੀ, ਕਈ ਅਫਸਰਾਂ ਨੇ ਘੋੜਿਆਂ ਉੱਪਰ ਹੀ ਰਾਤ ਲੰਘਾਈ। ਗੱਫ ਨੇ ਬਾਕੀ ਬਚਦੀ ਫੌਜ ਨੂੰ ਇੱਕ ਥਾਵੇਂ ਇਕੱਠੀ ਕਰਨ ਦਾ ਹੁਕਮ ਦੇ ਦਿੱਤਾ। ਖਾਲਸਾ ਫੌਜ ਦਾ ਭਾਵੇਂ ਬਹੁਤ ਨੁਕਸਾਨ ਹੋਇਆ ਸੀ, ਪਰ ਹਾਲੇ ਵੀ ਪੂਰਾ ਉਤਸ਼ਾਹ ਸੀ। ਉਹਨਾਂ ਨੂੰ ਭਰੋਸਾ ਸੀ ਕਿ ਉਹਨਾਂ ਅੰਗਰੇਜ਼ਾਂ ਦਾ ਬਹੁਤ ਨੁਕਸਾਨ ਕੀਤਾ ਹੈ, ਪਰ ਇਹ ਨਹੀਂ ਸੀ ਕਿ ਪਤਾ ਅੰਗਰੇਜ਼ ਫੌਜ ਹਥਿਆਰ ਸੁੱਟਣ ਲਈ ਤਿਆਰ ਹੈ। ਫਿਰ ਵੀ ਉਹਨਾਂ ਨੂੰ ਜੰਗ ਨਾ ਜਿੱਤ ਸਕਣ ਕਾਰਨ ਸਿੱਖ ਫੌਜ ਦੇ ਜਰਨੈਲਾਂ ਅੰਦਰ ਗੁੱਸਾ ਵੀ ਸੀ। ਇੱਕ ਵਾਰ ਫਿਰ ਉਹਨਾਂ ਦੇ ਗੁੱਸੇ ਦਾ ਸ਼ਿਕਾਰ ਲਾਲ ਸਿੰਘ ਬਣਨ ਲੱਗਿਆ। ਪੰਜ ਜਰਨੈਲਾਂ ਨੇ ਸਲਾਹ ਕੀਤੀ ਕਿ ਤੜਕਸਾਰ ਹੀ ਲਾਲ ਸਿੰਘ ਨੂੰ ਮਾਰ ਦਿੱਤਾ ਜਾਵੇ। ਸਵੇਰ ਦੇ ਪਹੁ ਫਟਾਲੇ ਤੋਂ ਪਹਿਲਾਂ ਹੀ ਲਾਲ ਸਿੰਘ ਦੇ ਤੰਬੂ ਉੱਪਰ ਜ਼ੋਰਦਾਰ ਗੋਲਾਬਾਰੀ ਸ਼ੁਰੂ ਹੋ ਗਈ, ਜਿਹੜੀ ਕੁਝ ਪਲ ਤੱਕ ਚੱਲਦੀ ਰਹੀ। ਫਿਰ ਤੰਬੂ ਅੰਦਰ ਜਾ ਕੇ ਦੇਖਿਆ ਤਾਂ ਉੱਥੇ ਕੋਈ ਵੀ ਨਹੀਂ ਸੀ। ਲਾਲ ਸਿੰਘ ਨੂੰ ਰਾਤ ਹੀ ਖਬਰ ਮਿਲ ਗਈ ਸੀ ਤੇ ਉਹ ਤੰਬੂ ਛੱਡ ਕੇ ਭੱਜ ਗਿਆ ਸੀ। ਖਾਲਸਾ ਫੌਜ ਇੱਕ ਵਾਰ ਫਿਰ ਆਪਣੇ ਕਮਾਂਡਰ ਇਨ ਚੀਫ ਤੋਂ ਬਿਨਾਂ ਲੜਨ ਦੀ ਤਿਆਰੀ ਕਰਨ ਲੱਗੀ। ਅਗਲੀ ਸਵੇਰ ਲੜਾਈ ਲਈ ਹੈਰੀ ਸਮਿਥ ਨੇ ਤੋਪਾਂ ਬੀੜ ਲਈਆਂ। ਫੌਜ ਵੀ ਤਿਆਰ ਖੜੀ ਸੀ। ਹਿਊ ਗਫ ਸੱਜੇ ਪਾਸੇ ਤੇ ਹਾਰਡਿੰਗ ਖੱਬੇ ਪਾਸੇ ਰਹਿ ਕੇ ਕਮਾਂਡ ਦੇਣ ਲਈ ਤਿਆਰ ਸਨ। ਅੰਗਰੇਜ਼ਾਂ ਕੋਲ ਅਸਲਾ ਵੀ ਘੱਟ ਤੇ ਫੌਜ ਵਿੱਚ ਲੜਨ ਦੀ ਹਿੰਮਤ ਵੀ ਨਹੀਂ ਸੀ।
ਪਰ ਉਹਨਾਂ ਦੇ ਕਮਾਂਡਰ ਉੱਚੀ ਉੱਚੀ ਆਵਾਜ਼ ਵਿੱਚ ਹੌਸਲਾ ਦਿੰਦੇ ਜਾ ਰਹੇ ਸਨ। ਦਿਨ ਚੜ੍ਹੇ ਕੈਪਟਨ ਮਿਲਸ ਨੇ ਅੱਗੇ ਲੰਘ ਕੇ ਸਿੱਖਾਂ ਉੱਪਰ ਹਮਲਾ ਕਰ ਦਿੱਤਾ। ਸਿੱਖਾਂ ਨੇ ਜਵਾਬੀ ਕਾਰਵਾਈ ਕੀਤੀ ਤੇ ਤੋਪਾਂ ਵਾਲੇ 3 ਗੱਡੇ ਜ਼ਾਇਆ ਕਰਕੇ ਰੱਖ ਦਿੱਤੇ। ਫਿਰ ਦੋਨੋਂ ਪਾਸੇ ਦੀਆਂ ਫੌਜਾਂ ਕੁਝ ਦੇਰ ਲਈ ਚੁੱਪ ਕਰ ਗਈਆਂ। ਯੋਗਫ ਜਲਦੀ ਹੀ ਇੱਕ ਪਾਸਾ ਕਰਨਾ ਚਾਹੁੰਦਾ ਸੀ। ਉਸਨੇ ਫੈਸਲਾ ਕਰ ਲਿਆ ਹੋਇਆ ਸੀ ਕਿ ਆਪਣੀ ਫੌਜ ਦਾ ਹੋਰ ਨੁਕਸਾਨ ਨਹੀਂ ਕਰਵਾਵੇਗਾ ਤੇ ਇੱਕ ਵੱਡੀ ਕੋਸ਼ਿਸ਼ ਤੋਂ ਬਾਅਦ ਹਥਿਆਰ ਸੁੱਟ ਦੇਵੇਗਾ। ਲੜਾਈ ਚੱਲ ਰਹੀ ਸੀ, ਤੋਪਾਂ ਅੱਗ ਉੱਗਲ ਰਹੀਆਂ ਸਨ, ਤਲਵਾਰਾਂ ਨੇਜੇ ਆਪਸ ਵਿੱਚ ਭਿੜ ਰਹੇ ਸਨ। ਉਸਨੇ ਦੇਖਿਆ ਕਿ ਅਚਾਨਕ ਸਿੱਖ ਫੌਜ ਢਿੱਲੀ ਪੈਣ ਲੱਗੀ। ਅੰਗਰੇਜ਼ ਹੈਰਾਨ ਹੋ ਰਹੇ ਸਨ ਤੇ ਨਾਲ ਦੀ ਨਾਲ ਉਹਨਾਂ ਨੂੰ ਕੁਝ ਹੌਸਲਾ ਵੀ ਮਿਲ ਰਿਹਾ ਸੀ। ਥੋੜ੍ਹੀ ਥੋੜ੍ਹੀ ਲੜਾਈ ਦੁਪਹਿਰ ਤੱਕ ਚੱਲਦੀ ਰਹੀ। ਦੁਪਹਿਰ ਦੀ ਘੜੀ ਖਬਰ ਆਈ ਕਿ ਤੇਜ ਸਿੰਘ ਆਪਣੇ 30,000 ਸਿਪਾਹੀ ਲੈ ਕੇ ਖਾਲਸਾ ਫੌਜ ਨਾਲ ਆ ਰਲਿਆ ਹੈ। ਹਿਉਂਗਫ ਸਮਝ ਗਿਆ ਕਿ ਹੁਣ ਸਭ ਖਤਮ ਹੈ। ਭਾਵੇਂ ਤੇਜ ਸਿੰਘ ਉਹਨਾਂ ਨਾਲ ਮਿਲਿਆ ਹੋਇਆ ਸੀ, ਪਰ ਉਸਦੀ ਫੌਜ ਤਾਂ ਲੜਨ ਲਈ ਹੀ ਅੱਗੇ ਆਵੇਗੀ। ਉਸਨੇ ਮਨ ਹੀ ਮਨ ਹਥਿਆਰ ਸੁੱਟਣ ਬਾਰੇ ਸੋਚ ਲਿਆ। ਆਪਣੇ ਕੁਝ ਖਾਸ ਅਫਸਰਾਂ ਨੂੰ ਇਸ ਬਾਰੇ ਦੱਸ ਦਿੱਤਾ। ਮੁਦਕੀ ਦੀ ਲੜਾਈ ਤੋਂ ਉਸਨੇ ਦੇਖ ਲਿਆ ਸੀ ਕਿ ਸਿੱਖ ਫੌਜ ਤਾਂ ਬਿਨਾਂ ਕਮਾਂਡਰ ਦੇ ਵੀ ਲੜ ਸਕਦੀ ਹੈ। ਇਸੇ ਦਰਮਿਆਨ ਉਸਨੂੰ ਇੱਕ ਹੋਰ ਮਾੜੀ ਖਬਰ ਮਿਲੀ ਕਿ ਕੈਪਟਨ ਲੁਮਲੇ ਨੇ ਆਪਣੇ ਐਡਜੂਟੈਂਟ ਜਨਰਲ ਨਾਲ ਅਧਿਕਾਰ ਵਰਤਦੇ ਹੋਏ ਆਪਣੀ ਅਟਿਲਰੀ ਨੂੰ ਫਿਰੋਜ਼ਪੁਰ ਜਾਣ ਦਾ ਹੁਕਮ ਦੇ ਦਿੱਤਾ ਹੈ। ਹਿਊਗਫ ਨੇ ਉਸਨੂੰ ਰੋਕਣ ਲਈ ਸੁਨੇਹੇ ਭੇਜੇ, ਪਰ ਉਹ ਨਾ ਮੁੜਿਆ। ਹੁਣ ਹਿਊਗਫ ਕੋਲ ਨਾ ਕੋਈ ਅਸਲਾ ਸੀ ਤੇ ਨਾ ਹੀ ਵੱਡੀ ਫੌਜ, ਤੇ ਸਾਹਮਣੇ ਤੇਜ ਸਿੰਘ ਦੀ ਤਰੋ ਤਾਜ਼ਾ 30,000 ਫੌਜ ਖੜੀ ਸੀ। ਗਫ ਨੇ ਆਪਣੇ ਮਤਹੱਤ ਅਫਸਰ ਨੂੰ ਕਿਹਾ, ਇਸ ਵੱਡੀ ਫੌਜ ਦਾ ਅਸੀਂ ਮੁਕਾਬਲਾ ਕਿਸੇ ਵੀ ਹਾਲਤ ਵਿੱਚ ਨਹੀਂ ਕਰ ਸਕਦੇ। ਹੁਣ ਹੋਰ ਨੁਕਸਾਨ ਕਰਾਉਣ ਦਾ ਕੋਈ ਕੰਮ ਨਹੀਂ, ਆਪਣੀ ਹਾਰ ਦਾ ਬਿਗਲ ਵਜਾ ਦਿਓ। ਮਤਹੱਤ ਅਫਸਰ ਹਾਲੇ ਉਸਦੀ ਗੱਲ ਸੁਣ ਹੀ ਰਿਹਾ ਸੀ ਕਿ ਫੌਜ ਨੂੰ ਪਿੱਛੇ ਮੁੜਨ ਦੇ ਹੁਕਮ ਦਾ ਬਿਗਲ ਵੱਜ ਗਿਆ। ਇਹ ਅੰਗਰੇਜ਼ਾਂ ਦਾ ਬਿਗਲ ਨਹੀਂ ਬਲਕਿ ਤੇਜ ਸਿੰਘ ਦੀ ਫੌਜ ਦਾ ਸੀ। ਉਸਨੇ ਹਮਲਾ ਕਰਨ ਦੀ ਥਾਂ ਸਾਰੀ ਫੌਜ ਪਿੱਛੇ ਮੋੜ ਲਈ, ਬਲਕਿ ਫੌਜ ਮੈਦਾਨ ਵਿੱਚੋਂ ਦੌੜ ਤੁਰੀ। ਹਿਊਗਫ ਨੇ ਆਲੇ ਦੁਆਲੇ ਦੇ ਅਫਸਰਾਂ ਵੱਲ ਦੇਖਿਆ ਤੇ ਸਾਰੇ ਖੁਸ਼ੀ ਵਿੱਚ ਚੀਕਾਂ ਮਾਰਨ ਲੱਗੇ। ਤੇਜ ਸਿੰਘ ਦੀ ਫੌਜ ਥੋੜ੍ਹੀ ਦੂਰ ਗਈ ਤਾਂ ਅੰਗਰੇਜ਼ ਫੌਜ ਨੇ ਜਾ ਕੇ ਸਿੱਖ ਕੈਂਪ ਉੱਪਰ ਕਾਬੂ ਪਾ ਲਿਆ। ਤੇਜ ਸਿੰਘ ਤਾਂ ਪਿੱਛਾ ਮੁੜ ਕੇ ਵੀ ਨਹੀਂ ਸੀ ਦੇਖ ਰਿਹਾ। ਅੰਗਰੇਜ਼ ਜਿੱਤ ਗਏ। ਭੁੱਖੇ ਸਿਪਾਹੀ ਸਿੱਖਾਂ ਦੇ ਖਾਣੇ ਦੇ ਭੰਡਾਰ ਤੇ ਜਾ ਪਏ। ਉੱਥੇ ਸੰਤਰਿਆਂ ਤੇ ਛੋਲੇ ਗੁੜ ਬਿਨਾਂ ਕੁਝ ਵੀ ਨਹੀਂ ਸੀ। ਗਫ ਹੈਰਾਨ ਹੋ ਰਿਹਾ ਸੀ ਕਿ ਸਿੱਖ ਸਿਪਾਹੀ ਛੋਲੇ ਗੁੜ ਸਹਾਰੇ ਹੀ ਇੰਨੀ ਬਹਾਦਰੀ ਨਾਲ ਲੜਦੇ ਜਾ ਰਹੇ ਸਨ। ਖਾਲਸਾ ਫੌਜ ਦੇ ਕੁਝ ਸਿਪਾਹੀ ਦੌੜ ਗਏ, ਕੁਝ ਕੈਦੀ ਬਣਾ ਲਏ ਗਏ। ਅੰਗਰੇਜ਼ ਜਿੱਤ ਦਾ ਜਸ਼ਨ ਮਨਾਉਣ ਵਿੱਚ ਰੁੱਝ ਗਏ। ਹਾਰੀ ਹੋਈ ਲੜਾਈ ਦੀ ਜਿੱਤ, ਖਾਲਸਾ ਫੌਜ ਦਾ ਕਮਾਂਡਰ ਇਨ ਚੀਫ ਤੇਜ ਸਿੰਘ ਉਹਨਾਂ ਨੂੰ ਤੋਹਫ਼ੇ ਵਜੋਂ ਦੇ ਗਿਆ ਸੀ। ਲਾਰਡ ਹਾਰਡਿੰਗ ਤੇ ਹਿਊਗਫ ਨੇ ਵਿਕਸੀ ਦੇ ਪੈਗ ਪਾਏ। ਆਪਣਾ ਪੈਗ ਉੱਪਰ ਚੁੱਕ ਕੇ ਹਾਰਡਿੰਗ ਗਫ ਨੂੰ ਕਹਿਣ ਲੱਗਿਆ, ਤੇਜ ਸਿੰਘ ਦੇ ਨਾਂ। ਹਾਂ ਸਰ, ਤੇਜ ਸਿੰਘ ਦੇ ਨਾਂ। ਅਗਲਾ ਚੈਪਟਰ ਨੰਬਰ 22, ਜਿਸ ਦਾ ਸਿਰਲੇਖ ਹੋਵੇਗਾ ਅਗਲੇ ਮੁਹਾਜ਼। ਤਦ ਤੱਕ ਇੰਤਜ਼ਾਰ ਕਰੋ। ਧੰਨਵਾਦ।